ਕਿਹੜੇ ਸਨ ਚ ਫੌਜ ਚ ਭਰਤੀ ਹੋਏ ਸੀ? 43। ਅੱਛਾ, ਫਿਰ ਤਾਂ ਤੁਸੀਂ ਜੰਗ ਵੀ ਲੜੀ ਹੋਣੀ ਹੈ। ਬੜੀ ਜਪਾਨ ਦੀ ਤੇ ਇਹਨਾਂ ਦੀ ਲੜਾਈ ਨਹੀਂ ਸੀ, ਜਦ ਰਾਤ ਟਾਈਮ ਬੰਬ ਸੁੱਟਿਆ ਸੀ ਇਹਨਾਂ ਨੇ 57 ਦਾ ਸੀ, ਕੋਈ ਕਿਚੋਂ ਦਾ ਸੀ। ਉਹ ਵੀ ਸਿੱਖ ਬਰਾਦਰੀ ਸੀ? ਉਹ ਸਿੱਖ ਸਨ, ਇੱਕ ਸਿੱਖ ਸੀ, ਕੋਈ ਖੱਤਰੀ ਸਨ। ਅੱਛਾ, ਫਿਰ ਉਹਨਾਂ ਨਾਲ ਤੁਹਾਡੀ ਲੜਾਈ ਹੋ ਗਈ। ਹਾਂ, ਫਿਰ ਜਿਹੜੇ ਇਹ ਮੂਲਾ ਸਿੰਘ ਘੁੰਮਣ ਕੇ ਸੀ, ਇਹ ਤੁਹਾਡੀ ਹਮਾਇਤ ਕੀਤੀ ਇਹਨਾਂ? ਪੂਰੀ ਹਮਾਇਤ ਕੀਤੀ ਇਹਨਾਂ। ਕਸ਼ਮੀਰਾ ਸਿੰਘ ਕੇ ਸਨ, ਉਹ ਸਾਨੂੰ ਕਰਦਾ ਵੀ ਆਹ ਕਾਠ ਦੇ ਸਨ। ਉਹ ਕਸ਼ਮੀਰਾ ਸਿੰਘ ਕੇ ਉੱਥੇ ਦੋ ਬਰਬੇ ਸਨ, ਉਹ ਮੇਲਾ ਲਵਾਉਂਦੇ ਸਨ, ਉਹ ਬਕਾਇਦਾ ਮੇਲਾ ਲਵਾਉਂਦੇ ਸਨ, ਅਤੇ ਨਾਲੇ ਘੋਲ ਕਰਾਉਂਦੇ ਸਨ, ਨਾਲੇ ਨਕਰੀਏ ਲਿਆਉਂਦੇ ਸਨ। ਇਹ ਨਿੱਕਾ ਭਰਾ ਸੀ ਉਹਦਾ ਜਿਹੜਾ, ਉਹ ਪੱਠੇ ਪੁੱਠੇ ਪਾਉਂਦਾ ਸੀ, ਅਤੇ ਇਹ ਜਿਹੜਾ ਸੀ ਨਾ ਮੂਲਾ ਸਿੰਘ ਬੁਗਜ਼ਰ ਚੁੱਕਦਾ ਹੁੰਦਾ ਸੀ, ਜਵਾਨ ਸੀ, ਸੋਹਣਾ ਲਾਜ ਬਈ, 7 ਫੁੱਟ ਲੰਮਾ ਸੀ। ਜੇਕਰ ਤੁਸੀਂ ਸਾਡੇ ਚੈਨਲ ਦੀ ਹਰ ਨਵੀਂ ਵੀਡੀਓ ਬਾਰੇ ਵੇਲੇ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫਿਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਟੱਲੀ ਦੇ ਬਟਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਅਸੀਂ ਜਿਵੇਂ ਹੀ ਕੋਈ ਨਵੀਂ ਵੀਡੀਓ ਯੂਟਿਊਬ ਉੱਤੇ ਪਾਵਾਂਗੇ ਤੁਹਾਨੂੰ ਉਸੇ ਵੇਲੇ ਯੂਟਿਊਬ ਵੱਲੋਂ ਸੁਣਿਆ ਮਿਲ ਜਾਏਗਾ। ਅਤੇ ਆਓ ਹੁਣ ਚੱਲਦੇ ਹਾਂ ਸਾਡੀ ਅੱਜ ਦੀ ਕਹਾਣੀ ਵੱਲ। ਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਯਾਮ ਚੌਹਾਨ, ਔਰ ਅੱਜ ਅਸੀਂ ਬੈਠੇ ਹਾਂ ਜੀ ਚੱਕ ਨੰਬਰ 63R, ਔਰ ਇਸ ਪਿੰਡ ਵਿੱਚ ਬਾਹਰ ਇੱਕ ਥਾਂ ਹੈ ਜੱਟਾਂ ਵਾਲਾ ਅਹਾਤਾ, ਅਤੇ ਜੱਟਾਂ ਵਾਲੇ ਅਹਾਤੇ ਵਿੱਚ ਅਸੀਂ ਬੈਠੇ ਹਾਂ ਜੀ। ਆਬਾਦੀ ਇੱਕ ਪਿੰਡ ਤੋਂ ਬਾਹਰ, ਇਹ ਵੀ ਪਿੰਡ ਵੱਜਿਆ ਪਿਆ ਪੂਰਾ। ਇੱਥੇ ਇੱਕ ਬਜ਼ੁਰਗ ਸਾਡੇ ਨਾਲ ਨੇ, ਜੱਟ ਬਰਾਦਰੀ ਦੇ ਇੱਕ ਬਜ਼ੁਰਗ ਸਾਡੇ ਨਾਲ ਨੇ। ਇਹ ਇੱਥੋਂ ਦੇ ਵਸਨੀਕ ਨੇ, 47 ਤੋਂ ਪਹਿਲੇ ਵੀ ਇੱਥੇ ਬੈਠੇ ਸੀ। ਅਸੀਂ ਇਸ ਇਲਾਕੇ ਬਾਰੇ ਇਹਨਾਂ ਨਾਲ ਗੱਲਬਾਤ ਕਰਨੀ ਹੈ, ਔਰ ਇਹ ਬਜ਼ੁਰਗ ਜਿਹੜੇ ਨੇ ਇੱਥੋਂ ਦੀ ਪੂਰੀ ਤਵਾਰੀਖ ਜਾਣਦੇ ਨੇ, ਇੱਥੋਂ ਦੇ ਹਾਲਾਤਾਂ ਨੂੰ ਇਹ ਜਾਣਦੇ ਨੇ। ਅਤੇ ਆਓ ਇਹਨਾਂ ਨਾਲ ਗੱਲਬਾਤ ਕਰੀਏ ਕਿ ਇਹਨਾਂ ਨੇ ਕੀ ਕੁਝ ਵੇਖਿਆ ਆਪਣੀ ਹਯਾਤੀ ਵਿੱਚ। ਬਾਬਾ ਜੀ, ਤੁਹਾਡਾ ਨਾਂ ਕੀ ਹੈ? ਗੁਲਾਮ ਸਰਵਰ। ਗੁਲਾਮ ਸਰਵਰ, ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਉਹਦੇ ਨਾਲ ਝੰਡਾ। ਝੰਡਾ, ਉੱਚੀ ਬੋਲਣਾ ਜ਼ਰਾ, ਖੁੱਲ੍ਹ ਕੇ ਜੱਟਾਂ ਤਰ੍ਹਾਂ, ਜਿਵੇਂ ਅੰਦਰ ਸਾਡੇ ਨਾਲ ਗੱਲਬਾਤ ਕਰਦੇ ਪਿਆ ਸੀ ਨਾ, ਉਵੇਂ ਗੱਲ ਕਰਨੀ ਹੈ। ਅਤੇ ਝੰਡਾ ਜੱਟ, ਤੁਸੀਂ ਜੱਟ ਹੋ? ਕਿਹੜੇ ਜੱਟ ਹੋ? ਬਾਜਵੇ ਜੱਟ। ਬਾਜਵੇ ਜੱਟ ਹੋ? ਸ਼ਹਿਜ਼ਾਦੇ ਦੇ। ਅੱਛਾ, ਪਿੱਛੋਂ ਤੁਹਾਡੇ ਵੜਕੇ ਜਿਹੜੇ ਸੀ ਸਿਆਲਕੋਟ ਤੋਂ ਉੱਠ ਕੇ ਆਏ ਸੀ ਜਿਹੜੇ ਬਾਰ ਆਬਾਦ ਹੋਈ ਹੈ? ਉਹ ਜੋ ਬਾਰ ਆਬਾਦ ਹੋਈ ਉਦੋਂ ਪਹਿਲਾਂ ਫੈਸਲਾਬਾਦ ਆਏ ਸਨ। ਫੈਸਲਾਬਾਦ ਫਿਰ ਇਹ ਬਾਰ ਆਬਾਦ ਹੋਈ ਹੈ ਫੈਸਲਾਬਾਦ ਤੋਂ ਮਗਰੋਂ। ਅੱਛਾ, ਇਹ ਫਿਰ ਸਾਡੇ ਬਾਪ ਨੇ ਅੱਲਾ ਕੀਤਾ ਅਤੇ ਇੱਥੇ ਆਹ ਮੁਰੱਬੇ 2 ਲਏ ਨੇ। ਠੀਕ ਹੈ। ਇਹ 5000 ਨੂੰ ਮੁਰੱਬਾ ਲਿਆ ਮੁੱਲ। ਅੱਛਾ, ਠੀਕ ਹੈ। 5000 ਨੂੰ ਲੈ ਮੁਰੱਬਾ, ਅਤੇ ਫਿਰ ਉਹ ਕਿਸ਼ਤਾਂ ਉਤਾਰੀਆਂ ਅਤੇ ਇਹ 2 ਮੁਰੱਬੇ ਲਏ। ਫਿਰ ਸਾਡੇ ਪਿਓ ਨੇ ਅੱਲਾ ਬਖਸ਼ੇ, ਉਹਨੇ ਫਿਰ ਸਾਨੂੰ ਗੱਲ ਹੈ ਬਈ ਉਹ ਸੁਨਿਆਰੇ ਵਾਲਾ ਮੁਰੱਬਾ ਲਿਆ, ਉਹ ਸੁਨਿਆਰਾ ਸੀ ਉੱਥੋਂ ਦਾ ਫੈਸਲਾਬਾਦ ਦਾ, ਉਹਦੇ ਕੋਲੋਂ ਲਿਆ। ਠੀਕ ਹੈ। ਉਹ 7000 ਦਾ ਲਿਆ। ਠੀਕ ਹੈ, ਮੁਰੱਬਾ। ਠੀਕ ਹੈ। ਹਾਂ, ਠੀਕ ਹੈ। ਫਿਰ ਸਾਡੇ ਪਿਓ ਨੇ ਅੱਲਾ ਬਖਸ਼ੇ ਅਤੇ ਉਹ 2 ਮੁਰੱਬੇ ਚੀਮਿਆਂ ਕੋਲੋਂ ਲਏ। ਚੀਮਿਆਂ ਕੋਲ ਉੱਡ ਚੁੜ ਪਈ ਇਹਦੇ ਮਗਰੋਂ। ਠੀਕ ਹੈ। ਚਲੋ ਬਾਬਾ ਜੀ, ਆਪਾਂ ਗੱਲ ਕਰਨੀ ਹੈ ਸਾਰੀ, ਆਪਾਂ ਗੱਲ ਕਰਨੀ ਇੱਕ ਸਿਰੇ ਤੋਂ ਲੈ ਕੇ। ਪਹਿਲੇ ਆਪਾਂ ਤੁਹਾਡੀ ਖਾਨਦਾਨ ਬਾਰੇ ਪੁੱਛ ਰਹੇ ਹਾਂ ਕਿ ਬਾਜਵਾ ਜੱਟ ਫੈਮਿਲੀ ਸੀ ਤੁਹਾਡੀ, ਜਦੋਂ ਬਾਰ ਆਬਾਦ ਹੋਈ ਹੈ ਇਹ ਬਾਰ, ਇਹਨੂੰ ਗੰਜੀ ਬਾਰ ਆਉਂਦੇ ਨੇ। ਆਹੋ, ਗੰਜੀ। ਗੰਜੀ ਬਾਰ ਦਾ ਜਦੋਂ ਇਲਾਕਾ ਆਬਾਦ ਹੋਇਆ, ਇਹ ਜੱਟ ਤਾਂ ਫਿਰ ਬਾਅਦ 'ਚ ਆਏ ਇੱਥੇ ਆਬਾਦ ਕਰਨ ਵਾਸਤੇ ਇਹਨੂੰ। ਪਹਿਲੇ ਤੁਸੀਂ ਸਿਆਲਕੋਟ ਰਹਿੰਦੇ ਸੀ ਤੁਹਾਡੇ ਵੜਕੇ ਜਿਹੜੇ? ਸਿਆਲਕੋਟ ਸਾਡਾ ਸ਼ਹਿਜ਼ਾਦਾ ਚੱਕ ਪਿੰਡ ਸੀ। ਸ਼ਹਿਜ਼ਾਦਾ? ਹਾਂ, ਸ਼ਹਿਜ਼ਾਦਾ। ਸ਼ਹਿਜ਼ਾਦਾ ਚੱਕ ਜਿਹੜਾ ਉਹ ਤੁਹਾਡਾ ਸੀ ਸਿਆਲਕੋਟ, ਔਰ ਤੁਸੀਂ ਬਾਜੂਏ ਜੱਟ ਹੋ। ਠੀਕ ਹੈ। ਬੋਲਣਾ ਨਹੀਂ ਮੇਰਾ ਯਾਰ। ਅੱਛਾ ਅੱਛਾ, ਬਾਬਾ ਜੀ ਇਹ ਸਾਨੂੰ ਦੱਸੋ ਬਈ ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ? ਇਸ ਵੇਲੇ ਮੇਰੀ ਉਮਰ 100 ਦੇ ਅੜ ਗਏ ਜਾਂ 2 ਸਾਲ ਥੱਲੇ ਹੋਏਗੀ ਜਾਂ ਉੱਤੇ ਹੋਏਗੀ, ਮੈਂ ਹੁਣ ਕਿਹੜਾ ਲਿਖਿਆ। ਠੀਕ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਮੈਨੂੰ ਦੱਸੋ ਇਹਦੇ 'ਚ ਐਡੀ ਕੋਈ ਨਹੀਂ ਗੱਲ, ਉੱਤੇ ਹੇਠੇ ਹੁੰਦੀ ਰਹਿੰਦੀ ਹੈ, ਅੰਦਾਜ਼ਾ ਹੀ ਹੈ ਨਾ, ਅੰਦਾਜ਼ਾ 100। ਅੱਛਾ, ਜਿਸ ਵੇਲੇ ਪਾਕਿਸਤਾਨ ਬਣਿਆ ਤੁਸੀਂ ਕਿੱਡੇ ਕੁ ਸਾਰੇ ਸੀ? ਉਦੋਂ ਮੈਂ ਕੋਈ ਸਮਝੋ ਬਈ ਪਾਕਿਸਤਾਨ ਬਣਿਆ ਜਦੋਂ ਉਦੋਂ ਮੈਂ 22-23 ਸਾਲ ਦਾ। 22-23 ਸਾਲ ਦੇ? ਤੁਸੀਂ 95 ਸਾਲ ਤੇ 100 ਸਾਲ ਦੇ ਦਰਮਿਆਨ ਹੋ ਕਿਤੇ।
ਠੀਕ ਹੈ, ਚੰਗੀ ਭਲੀ ਹੋਸ਼ ਹੈ, ਹਰ ਚੀਜ਼ ਉਸ ਚੰਗੇ ਪਹਿਲੇ ਜਵਾਨ ਆਦਮੀ ਸੀ। ਅੱਛਾ, ਆਪਾਂ ਇਸ ਵੇਲੇ ਬੈਠੇ ਹਾਂ 64R ਦੇ ਵਿੱਚ। 64R ਦੇ ਵਿੱਚ ਕਿਹੜੀ ਕਿਹੜੀ ਕੌਮਾਂ ਉਸ ਵੇਲੇ ਆਬਾਦ ਸੀ, 47 ਤੋਂ ਪਹਿਲੇ ਦੀ ਗੱਲ? ਇਹ ਇੱਥੇ ਦੀ ਕੌਮ ਸੀ, ਪਹਿਲਾਂ ਵੱਸਦੇ ਹਨ ਗੁੱਜਰ ਵੀ ਸਨ, ਫਿਰ ਸਮਾਂ ਸਿੱਖ ਵੀ ਸਨ। ਠੀਕ ਹੈ, ਇਹ ਲਾਹੌਰੀ ਮੱਲ ਸੀ, ਉਹ 10 ਮਲਬ ਉਹਦੇ ਸਨ। ਅੱਛਾ, ਇੱਕ ਪਾਸੇ ਦੇ ਅਤੇ ਰਾਏ ਸਾਹਿਬ ਸੀ, ਉਹ ਰਸਾਲਪੁਰ ਛਾਉਣੀ 'ਚ ਰਹਿੰਦਾ ਸੀ ਉੱਥੇ। ਠੀਕ ਹੈ, ਹਾਂ 10 ਮਲਬੇ ਉਹਦੇ ਸਨ। ਅੱਛਾ, ਇਹ ਫਿਰ ਸਾਡੇ ਪਿਓ ਨੇ ਅੱਲਾ ਬਖਸ਼ੇ ਅਤੇ 10 ਮਲਬੇ ਉਹ ਠੇਕੇ 'ਤੇ ਲਏ। ਹਾਂ, ਅਤੇ 2 ਮਲਬੇ ਉਹ ਚੀਮਿਆਂ ਕੋਲੋਂ ਲਏ ਮੁੱਲ। ਹਾਂ, ਇਹ 50,000 ਦੇ 2 ਮਲਬੇ ਆਏ। ਠੀਕ ਹੈ, ਇਹ ਜਿਹੜੇ ਚੀਮਿਆਂ ਦਾ ਤੁਸੀਂ ਨਾਂ ਲੈ ਰਹੇ ਹੋ, ਇਹ ਸਿੱਖ ਸਨ? ਨਹੀਂ, ਜੱਟ ਸਨ, ਉਹ ਚੀਮੇ ਜੱਟ ਸਨ। ਮੁਸਲਮਾਨ ਜੱਟ ਸਨ? ਆਹੋ, ਉਹ ਸਮੁੰਦਰੀ ਰਹਿੰਦੇ ਹੋ। ਸਮੁੰਦਰੀ ਰਹਿੰਦੇ ਸਨ। ਅੱਛਾ, ਇਸ ਪਿੰਡ 63R ਦੇ ਵਿੱਚ ਸਿੱਖਾਂ ਦਾ ਵੀ ਕੋਈ ਘਰ ਹੈ ਸੀ? ਸਿੱਖਾਂ ਦਾ ਆਇਆ ਸੀ, ਉਹ ਪਰਲਾ ਚੱਕ ਜਿਹੜਾ ਸੀ ਵਕੀਲਾਂ ਵਾਲਾ ਨਾਲ। ਉਹਦਾ ਨੰਬਰ ਕੀ ਆ ਚੱਕ ਦਾ? ਉਹ 63 ਵਿੱਚ ਹੀ ਉਹਨੇ ਵਕੀਲਾਂ ਵਾਲਾ ਨੇ, ਉਹ ਵਕੀਲ ਦੀ ਵਕੀਲ ਦੇ 20 ਮਰਬੇ ਸਨ। ਠੀਕ ਹੈ, ਠੀਕ ਹੈ। ਅੱਛਾ, ਉਹ ਜਿਹੜੇ ਸਿੱਖ ਉੱਥੇ ਰਹਿੰਦੇ ਸੀ, ਉਹਨਾਂ 'ਚੋਂ ਕਿਸੇ ਦਾ ਨਾਂ ਤੁਹਾਨੂੰ ਯਾਦ ਹੈ? ਨਾਂ ਫਿਰ ਸਰਾਗਰ ਸਿੰਘ ਸੀ, ਖੱਤਰੀ ਸਨ, ਇਹ ਨਾਂ ਇਸ ਸਿੱਖ ਸਨ, ਸਮਝਦੇ ਕੁਝ ਖੱਤਰੀ ਕੋਈ ਸਿੱਖ ਸਨ, ਕੋਈ ਯਾਦ ਨਹੀਂ ਨਾ ਰਹਿੰਦੇ ਹੁਣ, ਮੈਨੂੰ ਭੁੱਲ ਹੀ ਗਏ ਨੇ ਸਾਰੇ। ਅੱਛਾ, ਚਲੋ, ਇੱਥੇ ਜਿੱਥੇ ਤੁਸੀਂ ਬੈਠੇ ਹੋ, ਇੱਥੇ ਕਿੰਨੇ ਮੁਰੱਬੇ ਜ਼ਮੀਨ ਹੈ ਤੁਹਾਡੀ? ਇੱਥੇ ਸਾਡੀ 4 ਮੁਰੱਬੇ ਸੀ। 4 ਮੁਰੱਬੇ। ਇੱਥੇ ਆਲੇ ਦੁਆਲੇ ਜਿਹੜੀਆਂ ਜ਼ਮੀਨਾਂ ਸਨ ਜੀ, ਹਾਂ, ਇਹ ਕਿਹੜੀ ਕਿਹੜੀ ਕੌਮਾਂ ਦੀਆਂ, ਕਿਹੜੀ ਬਰਾਦਰੀਆਂ ਦੀਆਂ ਸਨ? ਉਹ ਸਿੱਖ ਬਰਾਦਰੀ ਸੀ ਸਾਰੀ, ਉਹ ਉੱਥੋਂ ਲੈ ਕੇ ਤੋੜ ਆ ਜਿਹੜੀ ਸੜਕ ਜਾਂਦੀ ਹੈ ਨਾ ਵੱਡੀ, ਇਹਦੇ ਪਰਲੇ ਪਾਸੇ ਆ ਜਿਹੜਾ ਪਰਲਾ ਚੱਕ ਕੇ ਕੀ 57, ਹਾਂ 57 ਸਿੱਖਾਂ ਦੀ ਜ਼ਮੀਨ ਸੀ, 2-2 ਮਰਬੇ, 3-3 ਮਰਬੇ, 5-5 ਮਰਬੇ, ਮੂਲਾ ਸਿੰਘ ਕੇ ਇਸ ਤਰ੍ਹਾਂ ਨਾਂ ਤੁਹਾਨੂੰ ਕਿਹੜੇ ਦੱਸਾਂ ਉਹ। ਹਾਂ, ਇਹ ਆਪਾਂ ਗੱਲ ਕਰਦੇ ਪਏ ਹਾਂ 57 ਦੇ ਵਿੱਚ ਜਿਹੜੇ ਬੈਠੇ ਸੀ, ਉਹਨਾਂ ਦੀਆਂ ਜ਼ਮੀਨਾਂ ਤੁਹਾਡੇ ਨਾਲ ਲੱਗਦੀਆਂ ਸੀ? ਨਾਲ ਲੱਗਦੀਆਂ। ਇਹਨਾਂ ਵਿੱਚੋਂ ਕਿਸੇ ਦੇ ਨਾਂ ਯਾਦ ਨੇ ਤੁਹਾਨੂੰ? ਨਾਂ ਮੂਲਾ ਸਿੰਘ ਸਨ, ਤੱਖਰ ਸਨ, ਹਾਂ ਨਾਂ ਹੁਣ ਮੈਨੂੰ ਭੁੱਲ ਪਲ ਗਏ ਨੇ, ਮੇਰੇ ਤਾਂ ਯਾਦ ਹੀ ਕੋਈ ਨਹੀਂ ਹੁਣ ਰਿਹਾ। ਅੱਛਾ ਅੱਛਾ, ਹਾਂ ਠੀਕ ਹੈ। ਆਉਂਦੇ ਜਾਂਦੇ ਰਹਿੰਦੇ ਨੇ ਇੱਥੇ, ਸਾਡੇ ਅੱਲਾ ਬਖਸ਼ੇ ਪਿਓ ਦੇ ਕੋਲ ਆਉਣਾ, ਉਹਨਾਂ ਨੇ ਜਾਣਾ, ਉਹ ਸਾਡੇ ਬਰਾਦਰੀ 'ਚ ਉਹ ਸਿਆਲਕੋਟ ਦੇ ਸਨ ਕੋਈ। ਅੱਛਾ ਅੱਛਾ, ਪਿੱਛੋਂ ਬਰਾਦਰੀ ਸੀ? ਉਹ ਬਲਾਦਰੀ ਹੀ ਸਮਝੋ, ਉਹ ਵੀ ਜੱਟ ਸਨ, ਤੁਸੀਂ ਵੀ ਜੱਟ ਸਨ, ਸ਼ਹਿਜ਼ਾਦਾ ਪਿੰਡ ਦੇ? ਹਾਂ, ਸ਼ਹਿਜ਼ਾਦਾ ਪਿੰਡ। ਅੱਛਾ, ਇਹ ਸ਼ਹਿਜ਼ਾਦਾ ਬੜਾ ਮਸ਼ਹੂਰ ਚੱਕ ਕੇ ਉੱਧਰ ਦਾ? ਬੜਾ ਮਸ਼ਹੂਰ ਹੈ, ਉੱਥੇ ਬੜੀ ਇੱਕ ਮੁਕਾਬਲਾ ਲੜਾਈ ਹੋਈ ਸੀ ਉੱਥੇ, ਜੋ ਹਕੂਮਤ ਦੀ ਅਤੇ ਇਹਨਾਂ ਉਸ ਚੱਕ ਦੇ ਲੋਕ ਜਿਹੜੇ ਜੱਟ। ਅੱਛਾ 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 ਅੱਛਾ, ਅਤੇ ਦੁਆਲੇ ਦੁਆਲੇ ਸਮਝ ਕਰ ਲਓ ਵੀ ਉਹਨਾਂ ਨੇ ਤੋਪਾਂ ਲਾ ਲਈਆਂ, ਅਤੇ ਆਹ ਜਿਹੜਾ ਮਲਕ ਸੀ ਨਾ ਮੁਹੰਮਦ ਖਾਂ, ਰਸਾਲਦਾਰ ਸੀ, ਇਹ ਉਦੋਂ ਫੌਜ ਦੇ ਵਿੱਚ ਸੀ। ਅੱਛਾ ਅੱਛਾ, ਇਹ ਉੱਥੇ ਗਿਆ ਸੀ। ਠੀਕ, ਇਹ ਲੜਾਈ ਕਿੰਨਾ ਕਿੰਨਾ ਦੀ ਹੋਈ ਸੀ? ਇਹ ਲੱਗ ਪਏ ਹਨ ਪਿੰਡ 'ਤੇ ਆਣ ਕੇ, ਅਤੇ ਪਿੰਡ 'ਚ ਬਿਮਾਰੀ ਕੋਈ ਪਈ ਸੀ, ਉਹ ਆਣ ਕੇ ਟੀਕੇ ਟਾਕੇ ਲਾ ਲਾ ਪਏ, ਉਹ ਬੇਹੁਰਮਤੀ ਕਰਨ ਲੱਗ ਪਏ ਔਰਤਾਂ ਨਾਲ, ਦਿਓ ਠੀਕ ਹੈ ਠੀਕ ਹੈ। ਹਾਂ, ਅਤੇ ਉਹ ਫਿਰ ਸਮਾਂ ਕਰਦਾ ਵੀ ਇਹਨਾਂ ਨੇ ਫਿਰ ਗੀਰੀਆਂ ਛੁੱਟ ਛੁੱਟ ਕੇ ਅਤੇ ਅੱਗ ਲਾ ਲਾ ਕੇ ਸਾੜੇ। ਇਹ ਉਹਨਾਂ ਨੂੰ ਅੰਗਰੇਜ਼ ਹਕੂਮਤ ਦੇ ਲੋਕ ਸੀ ਉਹ? ਹਾਂ, ਅੰਗਰੇਜ਼ ਨੇ ਫਿਰ ਮਗਰੋਂ, ਉਦੋਂ ਅੰਗਰੇਜ਼ ਦੀ ਹਕੂਮਤ ਸੀ, ਅੰਗਰੇਜ਼ ਦੀ ਹਕੂਮਤ ਸੀ, ਉਹਨਾਂ ਨਾਲ ਜੱਟਾਂ ਦੀ ਲੜਾਈ ਹੋ ਗਈ? ਆਹੋ, ਉਹ ਦੁਆਲੇ ਦੁਆਲੇ ਫਿਰ ਉਹਨਾਂ ਤੋਪਾਂ ਲਾ ਲਈਆਂ ਵੀ ਸ਼ਹਿਜ਼ਾਦਾ ਹੈ ਨਾ, ਉਦੋਂ ਦਾ ਸ਼ਹਿਜ਼ਾਦਾ ਪਿਆ, ਸ਼ਹਿਜ਼ਾਦਾ ਨਾਂ ਸੀ ਨਾ ਦਸਲੀ 'ਚ। ਅੱਛਾ ਅੱਛਾ, ਠੀਕ ਹੈ। ਉਹ ਫਿਰ ਲੜਾਈ ਹੋਈ ਉੱਥੇ, ਅਤੇ ਫਿਰ ਉਹ ਸਮਝ ਕਰਦਾ ਵੀ ਦੁਆਲੇ ਦੇ ਚੱਕ ਪੈ ਗਏ ਸਾਰੇ ਚਾਰ 'ਚ, ਫਿਰ ਉਹਨਾਂ ਨੇ ਫਿਰ ਉਹ ਜਸ਼ਨ ਵਿੱਚ ਕਰਾ ਦਿੱਤੀ। ਠੀਕ ਹੈ, ਹਾਂ, ਯਾਨੀ ਤੁਸੀਂ ਜਿਹੜੇ ਜੱਟ ਹੋ, ਇਹਨਾਂ ਨੇ ਅੰਗਰੇਜ਼ਾਂ ਨਾਲ ਵੀ ਮੱਥਾ ਲਾ ਲਿਆ ਸੀ? ਹੈਂ, ਠੀਕ ਹੈ। ਅੰਗਰੇਜ਼ਾਂ ਨਾਲ ਜਦ ਇੱਕ ਬੰਦਾ ਮੋਹਤੀ ਕਰਦਾ ਤੇ ਫਿਰ ਉਹਦੇ ਨਾਲ ਸ਼ਰਮ ਤੇ ਆਉਂਦੀ ਹੈ ਨਾ ਵੀ ਕਿਉਂ ਇਸ ਤਰ੍ਹਾਂ। ਬਿਲਕੁਲ ਬਿਲਕੁਲ, ਅਫਸਰ ਹੋ ਕੇ ਬਿਲਕੁਲ ਠੀਕ ਹੈ। ਹਾਂ ਬਿਲਕੁਲ ਠੀਕ, ਤਾਂ 2-3 ਸਾਲ ਫੌਜ 'ਚ ਵੀ ਰਹੇ ਹੈ। ਅੱਛਾ, ਹਾਂ, ਉਹ ਕਿੱਥੇ ਮਣੀਪੁਰ, ਕਿੱਥੇ ਅਸਾਮ, ਅਤੇ ਕਿੱਥੇ ਉੱਥੇ ਫਿਰਦੇ ਰਹੇ ਹਾਂ ਤੁਸੀਂ ਅੰਗਰੇਜ਼ਾਂ ਦੇ ਟਾਈਮ? ਕਿਹੜੇ ਸਨ 'ਚ ਫੌਜ 'ਚ ਭਰਤੀ ਹੋਏ ਸੀ? 43। ਅੱਛਾ, ਫਿਰ ਤਾਂ ਤੁਸੀਂ ਜੰਗ ਵੀ ਲੜੀ ਹੋਣੀ ਹੈ ਬੜੀ। ਉਦੋਂ ਜਪਾਨ ਦੀ ਚਲੇ ਇਹਨਾਂ ਦੀ ਲੜਾਈ ਨਹੀਂ ਸੀ ਜਦ ਆ ਟਾਈਮ ਬੰਬ ਸੁੱਟਿਆ ਸੀ ਇਹਨਾਂ ਨੇ? ਅੱਛਾ ਅੱਛਾ, ਅਮਰੀਕਾ ਨੇ?
ਠੀਕ ਹੈ, ਤੁਸੀਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀ ਫਿਰ? ਹਾਂ, ਰਸ਼ੀਮੋ ਸ਼ਹਿਰ ਉਹਨਾਂ ਦਾ ਜਿਹੜਾ ਸੀ, ਬੰਬ ਸੁੱਟਿਆ ਸੀ ਉਹਨਾਂ ਨੇ, ਬੰਬ 60 ਮੀਲਾਂ 'ਚ ਸੁੱਟਿਆ ਸੀ ਉੱਥੋਂ। ਵਾਹ ਜੀ ਵਾਹ। ਹਾਂ, ਅੱਛਾ। ਅਤੇ ਉੱਥੇ ਫਿਰ ਬੜੀ ਲੜਾਈ ਹੋਈ, ਉੱਥੇ ਬੜੀ ਫਿਰ ਸਾਰੀ ਪੰਜਾਬ ਦੀ ਫੌਜ ਜਿਹੜੀ ਸਾਰੀ ਉੱਥੇ ਚਲੀ ਗਈ ਸੀ। ਉੱਧਰ ਫਿਰਦੇ ਰਹੇ ਸਾਰੇ, ਉੱਥੇ ਸਾਰੀ ਫੌਜ ਉੱਥੇ ਐਂ ਸੀ ਜਿਵੇਂ ਪੀਰੀਪੁਰ ਮੁਲਤਾਨ ਬਣਿਆ, ਫੌਜ ਹੀ ਫੌਜ ਉੱਥੇ। ਅੱਛਾ ਬਾਬਾ ਜੀ, ਸੰਨ 47 'ਚ ਸੰਨ 43 'ਚ ਜਿਸਲੇ ਤੁਸੀਂ ਫੌਜ 'ਚ ਭਰਤੀ ਹੋਏ ਹੋ ਅੰਗਰੇਜ਼ ਦੀ ਫੌਜ 'ਚ, ਅਤੇ ਤੁਹਾਨੂੰ ਟ੍ਰੇਨਿੰਗ ਵਾਸਤੇ ਕਿੱਥੇ ਲੈ ਗਿਆ ਸੀ ਉਹ? ਸਾਨੂੰ ਇੱਥੇ ਲਾਹੌਰ ਲੈ ਗਿਆ। ਲਾਹੌਰ ਟ੍ਰੇਨਿੰਗ ਕਰਵਾਈ? ਹਾਂ। ਫਿਰ ਇੱਥੋਂ ਚਾੜਿਆ ਅਤੇ ਉੱਥੇ ਅਸਾਮ 'ਚ ਲੈ ਗਏ। ਅਸਾਮ ਲੈ ਗਏ? ਹਾਂ। ਅੱਛਾ, ਅਸਾਮ 'ਤੇ ਕੀ ਆ ਬੰਗਾਲੀ ਜਿਹੜੇ ਨੇ, ਕੀ ਉਹਨਾਂ ਦਾ ਨਾਂ ਹੈ, ਢਾਕਾ। ਹਾਂ, ਢਾਕਾ ਅਤੇ ਅਸਾਮ ਦੀ ਬੰਦਰਗਾਹ ਇਕੱਠੀ, ਦੀਮਾਪੁਰ, ਮਣੀਪੁਰ, ਇਹ ਉਹ ਅਸਾਮ ਦੇ ਸ਼ਹਿਰ ਨੇ। ਅੱਛਾ ਅੱਛਾ ਅੱਛਾ। ਫਿਰ ਤੁਸੀਂ ਉੱਥੇ ਵੀ ਰਹੇ? ਉੱਥੇ ਰਹੇ। ਕਿਸੇ ਜਗ੍ਹਾ ਜੰਗ 'ਚ ਹਿੱਸਾ ਵੀ ਲਿਆ? ਹਿੱਸਾ, ਉਦੋਂ ਜੰਗ ਜਿਹੜੀ ਨੇ ਖਲੋ ਗਈ ਸੀ, ਖਲੋ ਗਈ, ਬੰਬ ਸੁੱਟ ਦਿੱਤਾ ਉਹਨਾਂ 'ਤੇ, ਫਿਰ ਬਸ ਹੋ ਗਈ ਉਹਨਾਂ ਦੀ। ਹਾਂ, ਕੀ ਕਰਨਾ। ਠੀਕ ਹੈ ਖਚਰੇ ਲੋਕ ਨੇ ਜਿਹੜੇ ਗੋਰੇ ਨੇ, ਇਹ ਗੋਰੇ ਬੜੇ ਖਚਰੇ ਨੇ, ਖਤਰਨਾਕ। ਇਹਨਾਂ ਦੀ ਸਾਇੰਸ, ਇਹਨਾਂ ਦੀ ਸਿਆਸਤ ਆਪਣੀ ਸਮਝ 'ਚ ਨਹੀਂ ਆਉਂਦੀ। ਅਸੀਂ ਇੱਧਰ ਦੇ ਜਿਹੜੇ ਲੋਕ ਹਾਂ, ਇਹ ਸਾਦਾ ਲੋਕ ਹਾਂ। ਇਹਨਾਂ ਦੀ ਵੈਸੇ ਤੁਸੀਂ ਸਿਆਸਤ ਕੀ ਵੇਖੀ, ਕਿਸ ਤਰ੍ਹਾਂ ਤੁਹਾਡੇ ਨਾਲ ਸਿਆਸਤ ਲੜਾਉਂਦੇ ਸੀ ਗੋਰੇ ਜਿਹੜੇ? ਬੜੇ ਇਹ ਸਿਆਸਤ ਇਸ ਤਰ੍ਹਾਂ ਹੀ ਕਰਦੇ ਹਾਂ ਬਈ, ਖੁੱਲ੍ਹ ਕੇ ਗੱਲ ਕਰਨੀ ਆਪਾਂ ਜੱਟਾਂ ਤਰ੍ਹਾਂ। ਸਿਆਸਤ ਇਸ ਤਰ੍ਹਾਂ ਹੀ ਵੀ ਸਮੇਂ 'ਤੇ ਬੜੇ ਸਿਆਸੀ ਮਿੱਠੇ ਹੋ ਕੇ ਅਤੇ ਸਾਰੇ ਨਾਲ ਲਾਲਾਂ ਨਾਲ ਜਿੰਨੇ ਆ ਸਾਰੇ ਬਣੇ ਨੇ ਨਾ, ਅਹਿਮਦ ਸ਼ਾਹ ਕੇ ਅਤੇ ਜਾਂ ਖੱਗੇ ਅਤੇ ਜਾਂ ਆਹ ਸੜਕਾਂ ਸਾਰੀਆਂ, ਇਹ ਸਾਰੀਆਂ ਸੜਕਾਂ ਇਹਨਾਂ ਦੇ ਪਿੱਛੂ ਸਨ। ਇਹਨਾਂ ਦੀ ਕਰਦੇ ਹੁੰਦੇ ਇਹਨਾਂ ਨੂੰ, ਉਦੋਂ ਇੱਥੇ ਹੈ ਕੀ ਸੀ, ਇੱਥੇ ਕੁਝ ਵੀ ਨਹੀਂ ਸੀ, ਸਭ ਆਬਾਦ ਬਿਲਕੁਲ ਬਰਬਾਦ ਸੀ। ਠੀਕ ਹੈ। ਫਿਰ ਉਹਨਾਂ ਨੂੰ ਆਖਣਾ ਵੀ ਜਾ ਤੂੰ ਇੰਨੇ ਥਾਂ 'ਤੇ ਤੂੰ ਰਾਜ ਕਰ ਲੈ, ਅਤੇ ਇਹਨਾਂ ਨੇ ਪਾਣੀ ਛਾਣੀ ਉਹਲਾ ਰੋਟੀ ਇਹਨਾਂ ਨੇ ਮਦਦ ਕਰਨੀ ਉਹਨਾਂ ਦੀ ਗੋਰਿਆਂ ਦੀ। ਜਿਹੜੇ ਜਿਹੜਿਆਂ ਨੇ ਉਹਨਾਂ ਨਾਲ ਵਫਾ ਕੀਤੀ, ਉਹਨਾਂ ਨੂੰ ਜ਼ਮੀਨਾਂ ਦੇ ਛੱਡੀਆਂ, ਕਿਸੇ ਨੂੰ ਮਤਲਬ 100 ਮੁਰੱਬਾ ਦੇ ਛੱਡਿਆ, ਕਿਸੇ ਨੂੰ 50 ਮੁਰੱਬੇ ਦੇ ਛੱਡੇ, ਕਿਸੇ ਨੂੰ ਰਿਆਸਤ ਦੇ ਛੱਡੀ, ਜਿਹੜੀ ਕੀ ਨਾਂ ਇਹਦਾ ਆਪਣਾ ਦਰਿਆ ਜਿਹੜਾ ਇੱਧਰ ਜਿਹੜੇ ਆ ਬਣੇ ਵੱਟੂ ਅਤੇ ਸਾਰੇ ਜਿੰਨੇ ਕਿਤੇ ਹੈ 300-300 ਮੁਰੱਬਾ 400-400 ਮੁਰੱਬਾ ਦਿੱਤਾ ਹੈ। ਹਾਂ, ਉਹ ਸਾਰਾ ਉਦੋਂ ਗੋਰਿਆਂ ਨੇ ਦਿੱਤਾ ਸੀ ਇਹਨਾਂ ਨੂੰ। ਬਿਲਕੁਲ ਠੀਕ ਹੈ। ਅਤੇ ਇਹ ਜੱਟਾਂ 'ਚੋਂ ਇਹਨਾਂ ਦਾ ਕੋਈ ਨਹੀਂ ਬੇਲੀ ਬਣਿਆ? ਨਾ। ਅੱਛਾ, ਨਹੀਂ ਨਹੀਂ, ਜੱਟਾਂ ਦਾ ਨਹੀਂ, ਜੱਟ ਨਹੀਂ ਬੇਲੀ ਬਣੀ। ਅੱਛਾ, ਫਿਰ ਜੱਟਾਂ ਨੂੰ ਫਿਰ ਮੁਰੱਬੇ ਵੀ ਨਹੀਂ ਮਿਲੇ? ਨਾ, ਪਿਓ ਦੀ ਸਾਡੇ ਦੀ ਅੱਲਾਹ ਤਾਲਾ ਨੇ ਬਰਾਤ ਬਣਾਈ ਸੀ ਕੋਈ, ਅਤੇ ਉਹਨੇ ਸਾਡੇ ਵਾਸਤੇ ਬਹਿਣ ਵਾਸਤੇ ਥਾਂ ਬਣਾ ਦਿੱਤਾ। ਹਾਂ, 4 ਮੁਰੱਬੇ ਆਖਣ ਨੂੰ ਲਿਆ ਸਾਰੇ, 14 ਮੁਰੱਬੇ ਠੇਕੇ 'ਤੇ ਜਦੋਂ ਮੈਂ ਭਰਤੀ ਹੋਇਆ ਨਾ, ਉਹਦੀ 14 ਮੁਰੱਬੇ ਹਨ ਸਾਡੇ ਬਾਬੇ ਕੋਲ। ਵਾਹ ਜੀ ਵਾਹ। ਠੇਕੇ 'ਤੇ ਲੈ ਕੇ 4 ਮੁਰੱਬੇ 'ਚ ਸਾਰੇ ਰਾਹ ਦਾਣੇ ਸੁੱਟ ਕੇ ਸਮਾਂ ਕਰ ਲੈ ਪਈ, ਮਨਸ਼ੀਟੀਆਂ ਲਿਆ ਕੇ ਇੱਥੇ ਢੇਰ ਲਾ ਦੇਣੇ, ਰਾਕਾਂ ਨੇ ਲਿਆ ਕੇ ਸੁੱਟਣੇ। ਕਿਆ ਬਾਤ ਹੈ, ਕਿਆ ਬਾਤ। ਜਦੋਂ ਫਿਰ ਉਲਟਣ ਪਈ ਤਾਂ ਫਿਰ ਆਏ ਲੋਕ ਮਹਾਜਰ, ਫਿਰ ਸਾਡੀ ਬੈਠਕ ਜਿਹੜੀ ਸੀ ਨਾ, ਐਡੀ ਬੈਠਕ ਸੀ ਜਿਹੜੀ ਦਾਣਿਆਂ ਦੀ ਭਰੀ ਸੀ ਰਾਹ ਸੁੱਟਦੇ ਦੇ ਕੇ, ਉਹ ਬਾਬੇ ਸਾਡੇ ਨੇ ਸਾਰੇ 11 ਰੁਪਈਏ ਮਣ ਕਰਕੇ ਅਤੇ ਜਿੰਨੇ ਆਉਂਦੇ ਹਨ ਸਾਰਿਆਂ ਨੂੰ ਮਣ, ਕਿਸੇ ਨੂੰ 2 ਦੇ, ਕਿਸੇ ਨੂੰ 2 ਮਣ ਦੇ, ਕਿਸੇ ਨੂੰ 4 ਮਣ ਦੇ, ਉਹ ਸਾਰੀ ਬੈਠਕ ਵੇਚੀ। ਠੀਕ ਹੈ। ਇਹਨਾਂ ਗਰੀਬਾਂ ਲੋਕਾਂ ਨੂੰ ਵਿਚਾਰਿਆ ਰੋਟੀ ਨਹੀਂ ਸੀ ਲੱਭਦੀ। ਬਿਲਕੁਲ, ਇਹ ਜਿਸਲੇ ਆਏ ਨੇ ਇਹਨਾਂ ਦੇ ਤਾਂ ਬੜੇ ਮੰਦੇ ਹਾਲਾਤ ਹੋਣਗੇ। ਬੜੇ ਮੰਦੇ। ਅੱਛਾ, ਇਹ ਦੱਸੋ ਬਾਬਾ ਜੀ, ਆਹ ਜਿਹੜਾ ਇਲਾਕਾ ਸੀ, ਇੱਥੇ ਸਿੱਖਾਂ ਦੇ ਪਿੰਡ ਕਿਹੜੇ ਸੀ? ਸਾਹੀਵਾਲ ਜਿੱਥੇ ਆ ਗੰਜੀ ਬਾਰ 'ਚ ਆਪਾਂ ਬੈਠੇ ਹਾਂ, ਇੱਥੇ ਸਿੱਖਾਂ ਦੇ ਪਿੰਡ ਸਨ, 63 ਹੀ ਲਾ ਲਓ ਤੁਸੀਂ, ਫੌਰਾਰ 63 ਲਾ ਲਓ, 63, 64, 65, ਜਖੀਰੀ, ਇਹ ਸਾਰੇ ਸਿੱਖਾਂ ਦੇ ਪਿੰਡ ਸਨ। ਅੱਛਾ, ਸਿੱਖਾਂ ਦੇ, ਜੱਟਾਂ ਦੇ। ਫਿਰ 57, 61, 62, 76, 70, 76, ਉਹ ਸਾਰੇ ਸਾਡੇ ਆਲੇ ਦੁਆਲੇ ਆਹ 2 ਪਿੰਡ ਜੱਟੇ ਨੇ ਜਿਹੜੇ ਹਨ, ਇਹ ਜੰਗਲੀਆਂ ਦੇ ਹਨ। ਠੀਕ ਹੈ, ਅਗਲਿਆਂ ਲੋਕਾਂ ਦੇ। ਠੀਕ ਹੈ। ਹਾਂ, ਬਾਕੀ ਸਾਰਾ ਇਹ ਸਿੱਖਾਂ ਦਾ ਇਲਾਕਾ? ਸਿੱਖਾਂ ਦਾ ਇਲਾਕਾ, ਸਭ ਸਿੱਖ ਹੀ ਹੁੰਦਾ। ਇਸ ਇਲਾਕੇ ਦੇ ਮਸ਼ਹੂਰ ਬੰਦਿਆਂ ਦੇ ਕੋਈ ਸਾਨੂੰ ਨਾਂ ਦੱਸ ਦਿਓ।
ਸਾਡੀ ਬਲਾਲੀ ਦੇ ਬੰਦੇ ਵਿੱਚ ਜਿਹੜੇ ਉੱਥੇ ਰਹਿੰਦੇ ਹਨ ਕਾਠ ਸੀ ਉਹ ਵੀ ਸਿੱਖਾਂ ਦਾ ਸੀ ਉੱਥੇ ਉਹ ਜੈਲਦਾਰ ਸਨ ਕੀ ਉਹਨੂੰ ਮਿੰਟੇ ਹੋਏ ਨਾ ਹੀ ਭੁੱਲ ਗਏ ਜਿਹੜੇ ਸਿੱਖ ਹੁੰਦੇ ਹਨ ਬਾਜਵਾ ਵੀ ਹੈ ਸਨ ਸਿੱਖਾਂ ਜੀ ਨਹੀਂ ਤੱਖਰ ਸਨ ਤੇ ਘੁੰਮਣ ਸਨ ਘੁੰਮਣ ਘੁੰਮਣ ਕਿਹੜੇ ਪਿੰਡ ਚ ਬੈਠੇ ਸੀ ਇੱਥੇ ਬੈਠੇ ਹਨ 57 ਚ ਇਹ 57 ਚ ਜਿਹੜੇ ਬੈਠੇ ਸੀ ਇਹ ਘੁੰਮਣ ਸੀ ਉਹਨਾਂ ਦੇ ਚੋਂ 5 ਮਰੱਬੇ ਹਨ ਇੱਥੇ ਪੰਜ ਮੁਰੱਬੇ ਸੀ ਠੀਕ ਹੈ ਠੀਕ ਹੈ ਠੀਕ ਹੈ ਹੋਰ ਹੋਰ ਗਾਂ ਮੈਂ ਕਿਹੜਾ ਏਦਾਂ ਚਲੋ ਇਹਨਾਂ 'ਚ ਸਾਨੂੰ ਕੋਈ ਇਹ ਦੱਸ ਦਿਓ ਵੀ ਇਹਨਾਂ ਜੱਟਾਂ 'ਚੋਂ ਇਹਨਾਂ ਘੁੰਮਣਾ 'ਚੋਂ ਜਾਂ ਦੂਸਰੇ ਪਾਸਿਆਂ 'ਚੋਂ ਮਸ਼ਹੂਰ ਕੋਈ ਬੰਦਾ ਜਾਂ ਕੋਈ ਵਾਕਿਆ ਉਸ ਦੌਰ ਦਾ ਕਿਸੇ ਦਾ ਵਾਕਿਆ ਹਾਂ ਕੋਈ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਉਹ ਯਾਦ ਸਾਡੇ ਆਪਣਾ ਹੀ ਮੁਕਾਬਲਾ ਸੀ ਅਤੇ ਉਹ ਸਮਝ ਕਰ ਲਓ ਵੀ 10 ਮਰਬੇ ਲੈ ਹਨ ਅਤੇ ਉਹ ਦਾਵਾ ਕਰ ਦਿੱਤਾ ਸੇਵਾ ਸਿੰਘ ਨੇ ਇੱਥੋਂ ਸੇਵਾ ਸਿੰਘ ਕਿਹੜੇ ਚੱਕ ਦਾ ਸੀ ਚੌਂਹਠ ਦਾ ਸੇਵਾ ਸਿੰਘ ਉਹਨੇ ਦਾਵਾ ਤੁਹਾਡੇ 'ਤੇ ਕਰਤਾ ਸੀ ਹਾਂ ਦਾਵਾ ਸਾਡੇ 'ਤੇ ਕੀਤਾ ਉਹ ਰਾਜ ਸਾਹਿਬ ਸਮਝਦੇ ਗਿਆ ਸੀ ਨਾ ਪੈਰੀ ਹਾਂ ਇਹਨੇ ਆਖਿਆ ਵੀ ਨਹੀਂ ਅੱਛਾ ਉਹ ਫਿਰ ਰਾਜ ਸਾਹਿਬ ਜਿਹੜਾ ਸੀ ਉਹਨੇ ਸਾਡਾ ਪਿਓ ਜਿਹੜਾ ਉਹਨੂੰ ਭਰਾ ਜਾਂ ਪੁੱਤਰ ਬਣਾ ਲਿਆ ਸੀ ਬਾਬੇ ਨੇ ਉਹਨੂੰ ਠੀਕ ਹੈ ਅਤੇ ਉਹਨੇ ਫਿਰ ਇਹ ਵੀ ਗੱਲ ਆਖੀ ਵੀ ਤੂੰ ਬਾਬਾ ਪੈਸੇ ਸਾਨੂੰ ਹੁੰਦੇ ਹੁੰਦੇ ਦੇਸ਼ਣੀ ਪੈਸੇ ਆਪਣੇ ਨਾਂ ਕਰਵਾ ਲਾ ਜ਼ਮੀਨ ਸਾਰੀ ਜਿਹੜੀ ਠੀਕ ਹੈ ਬਾਬੇ ਨੇ ਆਖਿਆ ਵੀ ਨਹੀਂ ਮੈਂ ਇਹ ਹਰਾਮ ਕਮਾਈ ਜਿਹੜੀ ਇਹ ਨਹੀਂ ਮੈਂ ਖਾਣੀ ਅਤੇ ਮੈਂ ਹਲਾਲ ਖਾਣੀ ਹੈ ਇਹ ਤੁਸੀਂ ਵੱਡੇ ਲੋਕ ਹੋ ਤਾਂ ਮੈਂ ਜ਼ਮੀਨ ਲੈ ਲਾਂ ਤੁਸੀਂ ਮੁੜ ਕੇ ਭਰ ਕੇ ਦਾਵਾ ਕਰ ਦਿਓ ਮੇਰੇ 'ਤੇ ਜਾਂ ਕੁਝ ਕਰ ਦਿਓ ਮੈਂ ਇਹ ਗੱਲ ਨਹੀਂ ਚਾਹੁੰਦਾ ਬਿਲਕੁਲ ਠੀਕ ਹੈ ਉਹਨੇ ਆਖਿਆ ਪੈਸੇ ਤੂੰ ਹੁੰਦੇ ਹੁੰਦੇ ਵੀ ਦੇਸ਼ ਠੀਕ ਹੈ ਬੜੇ ਅਣਖੜੇ ਬੰਦੇ ਸੀ ਬੜੇ ਅਸੂਲਾਂ ਵਾਲੇ ਬੰਦੇ ਸੀ ਉਹਨਾਂ 'ਚ ਅਸੂਲ ਹੀ ਉਹਨਾਂ ਜਾਣੇ ਇਹਨਾਂ 'ਚ ਅਸੂਲ ਹੀ ਕੋਈ ਨਹੀਂ ਜਿਹੜਾ ਤੁਹਾਡੀ ਲੜਾਈ ਹੋਈ ਸੀ ਸਿੱਖਾਂ ਦੀ ਅਤੇ ਉਹ ਸਿੱਖ ਆ ਗਏ ਹਨ ਤੁਹਾਨੂੰ ਤੁਹਾਡੀ ਹਮਾਇਤ ਕਰ ਉਹ ਵਾਕਿਆ ਸੁਣਾਓ ਹਾਂ ਸਿੱਖਾਂ ਦੀ ਲੜਾਈ ਹੋਈ ਸੀ ਨਾ ਇੱਥੇ 57 ਸਿਰ 77 ਵਾਲੇ ਸਿੱਖਾਂ ਦੀ ਲੜਾਈ ਹੋ ਗਈ ਸੀ ਅਤੇ ਜਿਹਨਾਂ ਤੁਹਾਡੀ ਜਾ ਕੇ ਹਮਾਇਤ ਕੀਤੀ ਸੀ ਸਿੱਖਾਂ ਨੇ ਉਹ ਕਿਵੇਂ ਕਿਵੇਂ ਵਾਕਿਆ ਹੋਇਆ ਸੀ ਉਹ ਸੁਣਾਓ ਉਹ ਮੁਰੱਬੇ ਲੇਖ ਨੇ ਅਤੇ ਉਹ ਰਾਜ ਸਾਹਿਬ ਨੇ ਸਾਨੂੰ ਲਿਖ ਦਿੱਤੇ ਪਹਿਲਾਂ ਉਹਦਾ ਪਿਓ ਨੇ ਪਿਓ ਕੋਲੋਂ ਲਈ ਸੀ ਨਾ ਜ਼ਮੀਨ ਉਹਨੇ ਹਾਂ ਅਤੇ ਪਿਓ ਨੇ ਜਿਹੜੇ ਪਿਓ ਗਿਆ ਫੌਜ ਹੋ ਗਿਆ ਠੀਕ ਹੈ ਉਹ ਮੁਰਗਾ ਮੁੰਡਾ ਸੀ ਉਹਦਾ ਉਹ ਰਾਜ ਸਾਹਿਬ ਸੀ ਉਹਦਾ ਨਾਂ ਰਾਜ ਸਾਹਿਬ ਸੀ ਹਾਂ ਹਾਂ ਉਹ ਪਿਛੋਰਾ ਆਉਂਦਾ ਹੁੰਦਾ ਸੀ ਗੱਡੀ 'ਚ ਠੀਕ ਹੈ ਇਹ ਕਿਤੇ ਮਹੀਨੇ ਪਿੱਛੋਂ 6 ਮਹੀਨੇ ਜਾਂ ਸਾਲ ਪਿੱਛੋਂ ਹਾਂ ਉਹਨੂੰ ਠੇਕਾ ਦੇਣਾ ਉਹਦਾ ਠੇਕਾ ਲਿਆ ਉਹਦਾ ਸੇਵਾ ਸਿੰਘ ਕੋਲੋਂ ਨਾ ਦਿੱਤਾ ਅਤੇ ਸਾਡੇ ਬਾਬੇ ਨੂੰ ਦੇ ਦਿੱਤਾ ਠੇਕੇ ਤਾਂ ਤੁਹਾਨੂੰ ਦੇ ਦਿੱਤੀ ਜ਼ਮੀਨ ਦੇ ਦਿੱਤੀ ਠੀਕ ਹੈ ਹਾਂ ਉਹ ਇਹ ਹਿਸਾਬ ਬਣਿਆ ਵੀ ਉੱਥੇ ਇਹ ਹਿੰਦੂਆਂ ਦਾ ਕੰਮ ਹੈ ਨਾ ਉਹ ਜਿਹੜੀ ਪਰਚੀਆਂ ਪਾਉਣੀਆਂ ਹਾਂ ਹਾਂ ਉਹ ਪਰਚੀਆਂ ਪਾਈਆਂ ਕਿਸੇ ਨੇ 1100 ਦੀ ਪਾਈ ਕਿਸੇ ਨੇ 1000 ਦੀ ਪਾਈ ਕਿਸੇ ਨੇ 1200 ਦੀ ਮੁਰੱਬੇ ਦੀ ਉਦੋਂ ਠੇਕਾ ਹੀ ਉਹ ਹੁੰਦਾ ਸੀ ਹਾਂ ਟੈਂਡਰ ਉਤਰਾਂ ਟੈਂਡਰ ਸੀ ਉਹਨੂੰ ਅਤੇ ਸਾਡੇ ਪਿਓ ਨੇ ਅੱਲਾ ਬਖਸ਼ੇ ਨੇ 1400 ਦੀ ਠੇਕਾ ਪਾ ਦਿੱਤਾ ਓਹੋ 1400 ਦੀ ਮੰਨ ਲਵਾਂਗਾ ਠੀਕ ਹੈ ਹਾਂ 1400 ਦਾ ਜ਼ਮੀਨ ਜਿਹੜੀ ਸੀ ਨਾ ਉਹ 1400 ਦੀ ਬਾਬੇ ਨੇ ਲੈ ਲਈ ਅਤੇ ਉਹਨੇ ਦਾਵਾ ਕਰ ਦਿੱਤਾ ਇਸ ਤਰ੍ਹਾਂ ਕਰਕੇ ਅਤੇ ਫਿਰ ਉਹ ਇੱਥੋਂ ਦੇ ਸਾਰੇ ਸਿਸਟਮ ਜ਼ਿਆਦਾ ਸਿੱਖ ਸਨ ਘੁੰਮਣ ਸੇਵਾ ਮੂਲਾ ਸਿੰਘ ਜੀ ਘੁੰਮਣ ਮੂਲਾ ਸਿੰਘ ਘੁੰਮਣ ਜਿਹੜਾ ਆਹੋ ਉਹ ਫਿਰ ਸਾਰੇ ਆਮ ਸਮੂਹ ਕਰ ਲਓ ਵੀ ਸਾਡੀ ਇਮਦਾਦ ਕਰਦੇ ਰਹੇ ਉਹ ਤੁਹਾਡੇ ਬੇਲੀ ਸਨ ਉਹ ਸਾਡੀ ਬਲਾਦਰੀ ਦੇ ਬੰਦੇ ਹਨ ਜੱਟ ਸਨ ਉੱਥੋਂ 'ਚ ਆਇਆ ਸੀ ਸਾਡੇ ਇਕੱਠੇ ਹੀ ਆਏ ਸਨ ਇਹ ਵੀ ਪਿੱਛੋਂ ਸ਼ਹਿਜ਼ਾਦੇ 'ਚੋਂ ਹੀ ਆਏ ਸਨ ਨਹੀਂ ਸ਼ਹਿਜ਼ਾਦੇ 'ਚ ਨਹੀਂ ਉਹਨਾਂ ਨਾਲ ਘੁੰਮਣ ਪੈਂਦੀ ਸੀ ਘੁੰਮਣ ਪੈਂਦੀ ਹਾਂ ਜੀ ਅੱਛਾ ਲੇਕਿਨ ਇਹ ਬਰਾਦਰੀ ਕਰਕੇ ਜੱਟ ਕਰਕੇ ਇਹ ਤੁਹਾਡੇ ਧਿਰੇ ਵਿੱਚ ਸਨ ਅੱਛਾ ਅਤੇ ਬਾਕੀ ਤੁਹਾਡੀ ਲੜਾਈ ਕਿਹਨਾਂ ਨਾਲ ਹੋਈ ਸੀ ਕਿਹੜੇ ਪਿੰਡ ਵਾਲਿਆਂ ਨਾਲ ਜ਼ਮੀਨ ਬੱਚੇ ਹਨ ਠੇਕੇਦਾਰ ਹੀ ਹਨ ਉਹ ਵੀ ਗਏ ਉਹ ਕਿਹੜੇ ਪਿੰਡ ਦੇ ਸਨ ਉਹ ਕੋਈ ਜੇ ਬਾਹਰੋਂ ਹੀ ਆਏ ਸਨ ਕੋਈ 57 ਦਾ ਸੀ ਕੋਈ ਕਿਚੋਂ ਦਾ ਸੀ ਉਹ ਵੀ ਸਿੱਖ ਬਰਾਦਰੀ ਸੀ ਉਹ ਸਿੱਖ ਸਨ ਇੱਕ ਸਿੱਖ ਸੀ ਕੋਈ ਖੱਤਰੀ ਸਨ ਅੱਛਾ ਫਿਰ ਉਹਨਾਂ ਨਾਲ ਤੁਹਾਡੀ ਲੜਾਈ ਹੋ ਗਈ ਫਿਰ ਜਿਹੜੇ ਇਹ ਮੂਲਾ ਸਿੰਘ ਘੁੰਮਣ ਕੇ ਸੀ ਇਹ ਤੁਹਾਡੀ ਹਮਾਇਤ ਕੀਤੀ ਇਹਨਾਂ ਪੂਰੀ ਹਮਾਇਤ ਕੀਤੀ ਇਹਨਾਂ
ਅੱਛਾ ਕਿਵੇਂ ਕਿਵੇਂ ਆਏ ਫਿਰ ਤੁਹਾਡੇ ਨਾਲ ਲੜਨ ਵਾਸਤੇ ਡਾਂਗਾ ਲੈ ਕੇ ਆਏ ਬਰਸ਼ੀਆਂ ਲੈ ਕੇ ਆਏ ਉਹਦੇ ਬਾਅਦ ਹਵਾਈ ਰਾਈਫਲ ਤਾਂ ਨਹੀਂ ਸੀ ਨਾ ਕੋਈ ਘੱਟ ਹੀ ਕਿਸੇ ਕੋਲ ਲਓ ਜੀ ਬਾਬੇ ਹਰਾਂ ਦੇ ਪੁੱਤਰ ਅੱਲਾ ਰੱਖਾ ਬਾਜਵਾ ਸਾਡੇ ਨਾਲ ਨੇ ਅਤੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਗੱਲ ਤੋਰਨ ਜ਼ਰਾ ਪਿਛਲੇ ਹਾਲਾਤਾਂ ਦੇ ਬਾਰੇ ਬਾਬੇ ਜੀ ਹਰਾਂ ਦੇ ਨਾਲ ਬਾਬਾ ਜੀ ਨੂੰ ਜ਼ਰਾ ਖੋਲ੍ਹਣ ਬਾਬਾ ਜੀ ਅਜੇ ਖੁੱਲ੍ਹੇ ਨਹੀਂ ਸਾਡੇ ਨਾਲ ਅਤੇ ਭਾਈ ਅੱਲਾ ਰੱਖਾ ਬਾਜਵਾ ਸਾਹਿਬ ਜਿਹੜੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਜੀ ਬਾਬਾ ਜੀ ਨਾਲ ਗੱਲਬਾਤ ਅੱਗੇ ਤੋਰਨ ਪੁੱਛੋ ਜੀ ਕਿਵੇਂ ਕਿਵੇਂ ਉਹ ਭਲਵਾਨ ਬਣਾਇਆ ਸੀ ਇੱਕ ਉਹ ਆਉਂਦੇ ਨੇ ਵੀ ਤੁਹਾਡੇ ਵਾਲਦ ਸਾਹਿਬ ਨੇ ਬਾਬੇ ਮਹਿਜਰ ਨੂੰ ਜਿਵੇਂ ਭਲਵਾਨ ਬਣਾਇਆ ਹੈ ਮੈਨੂੰ ਲੈ ਜਾਓ ਪਾਲਾ ਸਿੰਘ ਸਿੱਖ ਸੀ ਅਤੇ ਉਹ ਕਿਵੇਂ ਕਿਵੇਂ ਮਤਲਬ ਕਿਵੇਂ ਕਿਵੇਂ ਉਹ ਗਏ ਉਹਨਾਂ ਕੋਲ ਤੋਂ ਉਹਨੇ ਫਿਰ ਪਾਲਾ ਸਿੰਘ ਨੇ ਉਹਨੂੰ ਬਾਬੇ ਦਾ ਪੁੱਤਰ ਜੇ ਬਣਿਆ ਸੀ ਪਾਲਾ ਸਿੰਘ ਨਹੀਂ ਉਹ ਨਹੀਂ ਪੁੱਤਰ ਬਣਿਆ ਉਹ ਭਲਵਾਨ ਚਲ ਭਲਵਾਨ ਸੀ ਲਾ ਲਓ ਤੁਸੀਂ ਤੁਹਾਡਾ ਅਤੇ ਉਹ ਸਤਵੰਜਾ ਦਿਨ ਸਿੱਖ ਅਤੇ ਉਹਨਾਂ ਕੋਲ ਉਹ ਡੂਢ ਮਰੱਬਾ ਸੀ ਕਮਾਉਣ ਜਿਹੜਾ ਮੈਂ ਉਹਦੋਂ ਨੂੰ ਧਿਆਨ ਰੱਖ ਦੱਸੋ ਹਾਂ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣੀ ਕਰੋ ਗੱਪਸ਼ਪ ਉਹ ਆਉਂਦੇ ਨੇ ਸਾਨੂੰ ਸੁਣਾਓ ਸਟੋਰੀ ਕਿਵੇਂ ਕਿਵੇਂ ਬਾਬਾ ਗੁਲਾਮ ਮਹੀਦਨ ਕਿਵੇਂ ਕਿਵੇਂ ਗਿਆ ਅਤੇ ਕਿਵੇਂ ਬਾਬਾ ਮੁਹੰਮਦ ਭਲਵਾਨ ਬਣਨ ਵਾਸਤੇ ਗਿਆ ਉਹ ਗਏ ਭਲਵਾਨ ਬਣਨ ਵਾਸਤੇ ਅਤੇ ਉੱਥੇ ਦਾ ਕਰਦੇ ਹਨ ਉੱਥੇ ਖਾੜਾ ਗੋਡਿਆ ਸੀ ਉਹਨੇ ਪਾਲਾ ਸਿੰਘ ਨੇ ਅਤੇ ਉੱਥੇ ਦਾ ਕਰਦੇ ਹਨ ਅਤੇ ਉੱਥੇ ਗਿਆ ਅਤੇ ਉੱਥੇ ਉਹਨੇ ਦੋ ਦਿਨ ਤੇ ਰੱਖਿਆ ਪੋਲਾ ਪੋਲਾ ਅਤੇ ਉਹ ਫਿਰਦਾ ਰਿਹਾ ਪਿਆਰ ਮੁਹੱਬਤ ਨਾਲ ਪਿਆਰ ਮੁਹੱਬਤ ਨਾਲ ਵੀ ਦਿਲ ਲਾ ਲਏ ਦਿਲ ਲਾ ਲਏ ਆਹੋ ਉਹ ਦੋ ਤਿੰਨ ਦਿਨ ਚਾਰ ਦਿਨ ਉਹ ਇਸ ਤਰ੍ਹਾਂ ਘੁਲਦੇ ਘੁਲਦੇ ਰਹੇ ਕਦੇ ਉਹਨੂੰ ਉੱਤੇ ਕਰ ਛੱਡੇ ਅਤੇ ਆਪ ਥੱਲੇ ਆ ਜਾਣਾ ਅਤੇ ਉਹ ਜਿਹੜਾ ਚੌਥਾ ਕੁ ਦਿਨ ਹੋਇਆ ਅਤੇ ਉਹਨੇ ਫਿਰ ਰੱਖ ਥੱਲੇ ਲਿਆ ਅੱਛਾ ਥੱਲੇ ਰੱਖ ਕੇ ਤੇ ਫਿਰ ਉਹਨੇ ਚੰਗਾ ਰਗੜਿਆ ਆਹ ਕਸੋੜਿਆ ਅਤੇ ਕੱਲ ਛਲ ਮੈਂ ਮਰੇ ਅਤੇ ਉਹਦੇ ਕੱਲ ਵੀ ਪੀਲ ਕਰਨੀ ਉਹ ਕੱਲ ਛਲ ਮਰੇ ਅਤੇ ਉਹ ਫਿਰ ਸ਼ਾਮ ਨੂੰ ਬਾਬੇ ਕੋਲ ਆ ਗਿਆ ਲਾਲਾ ਮੁਹੰਮਦ ਅੱਲਾ ਬਖਸ਼ੇ ਤੁਹਾਡਾ ਵੱਡਾ ਭਰਾ ਸੀ ਉਹ ਵੱਡਾ ਭਰਾ ਸੀ ਤੀਜੇ ਚੌਥੇ ਥਾਂ ਸੀ ਅਤੇ ਉਹ ਸ਼ਾਮ ਨੂੰ ਘਰ ਆ ਗਿਆ ਅਤੇ ਬਾਬੇ ਨੂੰ ਆਖਣ ਲੱਗਾ ਮੈਂ ਨਹੀਂ ਘੁਲਣਾ ਆਹ ਸਾਫਾ ਪਿਆ ਆ ਬਾਬੇ ਨੇ ਪੁੱਛਿਆ ਵੀ ਕਿਉਂ ਨਹੀਂ ਘੁਲਣਾ ਕਿਉਂ ਨਹੀਂ ਘੁਲਣਾ ਉਹਨੇ ਆਖਿਆ ਮੈਂ ਇਹ ਨਹੀਂ ਇਹ ਮੇਰੇ ਕੋਲ ਨਹੀਂ ਇੱਕ ਬਾੜਾ ਹੁੰਦਾ ਮੈਂ ਜਿਹੜੇ ਕੱਲ ਨਹੀਂ ਪੀਲ ਕਰ ਲੈਣੀ ਮੈਂ ਨਹੀਂ ਘੁਲਣਾ ਉਹ ਫਿਰ ਘਰ ਆ ਗਿਆ ਉਹ ਫਿਰ ਬਾਬੇ ਨੂੰ ਉਹਨੂੰ ਛੱਡਿਆ ਅਤੇ ਫਿਰ ਗੁਲਾਮ ਮਹੀਰ ਦੀ ਨਹੀਂ ਸੀ ਉਹ ਕੌਡੀ ਸੀ ਉਹ ਵੱਡਾ ਸੀ ਸਾਰੇ ਚੌਥੇ ਪੰਜੇ ਥਾਂ ਸੀ ਉਹ ਅਤੇ ਉਹ ਅੱਠਵੀਂ ਜਮਾਤ 'ਚ ਪੜ੍ਹਦਾ ਸੀ ਉਹ ਜਿਹੜਾ ਛੱਤਰ ਹੈ ਨਾ ਰਾਈਆਂ ਦਾ ਉੱਥੋਂ ਸਿੱਖ ਉੱਥੇ ਸਿੱਖ ਨਹੀਂ ਹੁਣ ਉਹ ਰਾਈਆਂ ਦਾ ਚੱਕ ਸਾਰਾ ਚਰਾਈਆਂ ਦਾ ਚੱਕ ਅਲੀ ਮੁਹੰਮਦ ਜਿਹੜੇ ਹੁੰਦੇ ਉਹਨੂੰ ਅਤੇ ਉਹ ਸਮਗਲ ਉਹ ਯਾਰ ਬਣਿਆ ਸੀ ਉੱਥੇ ਉਹਦਾ ਨਾਂ ਸੀ ਪਤਾ ਜਿਹਾ ਉਹਦੇ ਦੋ ਮੁਰੱਬੇ ਹਨ ਉਹ ਲੰਬੜਦਾਰ ਸੀ ਉਹ ਕੀ ਨਾਂ ਉਹਦਾ ਯਾਰ ਨਾਂ ਦਾ ਨਹੀਂ ਉਹਦਾ ਪਤਾ ਲੱਗਦਾ ਨਾਂ ਭੁੱਲ ਗਿਆ ਅੱਛਾ ਫਿਰ ਰਮਜ਼ਾਨ ਉਹਦਾ ਯਾਰ ਸੀ ਉਹਦੇ ਦੋ ਮੁਰੱਬੇ ਸਨ ਉਹ ਲੰਬੜਦਾਰ ਸੀ ਅਤੇ ਉਹ ਸਮਾਂ ਉਹਦੇ ਕੋਲ ਉਹਦਾ ਯਾਰ ਬਣਿਆ ਸੀ ਉਹ ਵਸਾ ਨਹੀਂ ਕਰਦਾ ਆਉਂਦੇ ਜਾਂਦੇ ਰਹਿੰਦੇ ਹਨ ਇਹ ਉਹਦੇ ਕੋਲ ਜਾ ਕੇ ਰਹਿਣਾ ਅਤੇ ਉਹਦੇ ਕੋਲ ਇਹਦੇ ਕੋਲ ਜਾ ਕੇ ਰਹਿਣਾ ਅਤੇ ਉਹ ਫਿਰ ਸਮਾਂ ਗੱਲ ਹੈ ਵੀ ਉਹ ਮਾਈ ਜੀ ਨੇ ਫਿਰ ਬਾਬੇ ਜਿਹੜੇ ਨੌਕਰੀ ਛੱਡ ਸੀ ਉਹਦੇ ਸ਼ਾਦੀ ਨਹੀਂ ਸੀ ਹੋਈ ਹੋਈ ਗੁਲਾਮ ਮਹੀਦੀਨ ਦੀ ਅੱਛਾ ਇਹਨੇ ਬਾਬੇ ਨਾਲ ਘੋੜ ਘਿਓੜ ਘਿਓ ਕਿਹਾ ਮਹੀਆਂ ਅੱਲਾ ਕਰੇ ਬਥੇਰੀਆਂ ਪੀਪਾ ਘਿਓ ਦਾ ਲੈ ਦਿੱਤਾ ਨਹੀਂ ਘਰ ਦਾ ਹੀ ਘਿਓ ਬੜਾ ਘਰ ਦਾ ਹੀ ਬੜਾ ਘਿਓ ਸੀ ਤੁਹਾਡੀ ਮਾਂ ਨਹੀਂ ਸੀ ਪਈ ਜਿਹੜੀ ਪੀਪਾ ਸ਼ਹਿਰੋਂ ਲਾਹੌਰੋਂ ਆਉਂਦੇ ਹੁੰਦੇ ਲੈਣ ਅਤੇ ਸ਼ਹਿਰੋਂ ਇੱਥੋਂ ਪੀਪਾ ਘਿਓ ਦਾ ਲਿਆ ਕੇ ਦੇ ਭਰ ਕੇ ਇੱਥੋਂ ਖੜਨਾ ਕਰਦਾ 30 ਕਿਲੋ ਘਿਓ ਕਰਨਾ 30 ਕਿਲੋ ਘਿਓ ਕਰਨਾ ਆਪ ਜੋੜਦੇ ਜੋ ਮੈਂ ਇੱਕ ਦਿਨ ਸੁੱਟਾ ਉੱਠਿਆ ਅਤੇ ਤੁਹਾਡੀ ਮਾਂ ਦੁੱਧ ਰਿੜਕਦੇ ਮੈਨੂੰ ਆਖਣ ਲੱਗ ਗਿਆ ਦੋ ਮਧਾਣੀਆਂ ਮਾਰਦੇ ਮੈਂ ਲੱਗਦੀ ਮੈਂ ਚਲੋ ਮਧਾਣੀਆਂ ਤਾਂ ਮੱਝ ਸੀ ਅਤੇ ਉਹ ਸਮਾਂ ਗੱਲ ਆ ਵੀ ਜਦੋਂ ਉੱਠੇ ਤਾਂ ਉਹ ਘਿਓ ਜਿਹੜਾ ਨਾ ਉਹ ਇਸ ਤਰ੍ਹਾਂ ਪਾ ਕੇ ਨਾ ਦੋਵਾਂ ਹੱਥਾਂ ਨਾਲ ਚੁੱਕ ਕੇ ਜਾ ਕੇ ਨਾ ਬੜਾ ਮੈਨੂੰ ਵੀ ਪਤਾ ਇਸ ਗੱਲ ਦਾ ਪਤਾ ਨਾ ਮੈਨੂੰ ਪਤਾ ਹਾਂ ਬਈ ਘਿਓ ਕੱਢਿਆ ਤੇ ਆਖਣ ਲੱਗੇ ਅੱਜ ਸਾਰਾ ਘਿਓ ਹੀ ਬਣ ਗਿਆ ਹੈ ਸਾਰਾ ਮੱਝਾਂ ਚਾਰਦੇ ਆ ਨਾ ਘਾਹ ਆਹੋ ਘਿਓ ਹੀ ਹੋ ਗਿਆ ਹੈ ਸਾਰਾ ਇੰਨਾ ਐਡਾ ਪੇੜਾ ਕੁੜੇ ਘਿਓ ਦਾ ਕੱਢਿਆ ਖਾਣ ਦੀ ਤਾਂ ਪਰਵਾਹ ਹੀ ਕੋਈ ਨਹੀਂ ਸੀ ਹੁੰਦੀ ਅੱਛਾ ਹੋਰ ਤੁਸੀਂ ਨਾ ਬਾਬੇ ਮਹਿਦੀ ਨੂੰ ਫਿਰ ਕੁੱਥੇ ਖਾਣਾ ਬਾਬੇ ਮਹਿਦੀ ਨੂੰ ਫਿਰ ਇੱਥੇ ਸਮਾਂ ਦੇ ਵੀ ਉਹਨੂੰ ਬਣਾਇਆ ਅਤੇ ਮਹਿਦੀ ਚੰਗੀ ਜਾਨ ਸੀ ਅੱਛਾ ਚੜੀ ਬਣੀ ਇਹ ਸੀ ਵੀ ਲੱਤਾਂ ਥਾਲੋ ਪਿੰਨੀਆਂ ਪਤਲੀਆਂ ਪੱਟ ਐਡੇ ਚੰਗੇ
ਚੰਗੇ ਪਾਰੇ ਪਾਰੇ ਅੱਛਾ ਕਿ ਉਹ ਡੰਡ ਬੈਠ ਕੇ ਕੱਢਦੇ ਹਨ ਕਿ ਇਹਨਾਂ ਦੇ ਮੁੰਡਿਆਂ ਮੇਰੇ ਚਿੱਟੜ ਚੌੜੇ ਕਰਕੇ ਤੇ ਲੰਮਿਆਂ ਪੈ ਰਹਿਣਾ ਉਹ ਵਰਗਿਸ਼ ਕਰਦੇ ਹਨ ਸੌ ਸੌ ਬੈਠਕ ਕੱਢਣੀ ਸੌ ਸੌ ਡੰਡ ਕੱਢਣਾ ਡੌਲੇ ਜਿਹੜੇ ਨੇ ਬਣੇ ਹੋਣੇ ਤੇ ਸਪੱਸ਼ਟ ਐਸ ਉਹ ਗੇਲੇ ਹੋਣੇ ਸੋਹਣੇ ਲੱਗਣੇ ਜਵਾਨ ਆਹ ਤੈਨੂੰ ਦੱਸਿਆ ਨੀ ਕਸ਼ਮੀਰਾ ਸਿੰਘ ਜਿਹੜਾ ਸੀ ਛੱਟਰ ਦਾ ਸਿੱਖ ਸੀ ਕਸ਼ਮੀਰਾ ਸਿੰਘ ਹਾਂ ਉਹ ਸਿੱਖ ਸੀ ਦਰਸ਼ਨ ਸਿੰਘ ਉੱਥੇ ਕੁਸ਼ਤੀ ਹੋਈ ਸੀ ਲਾਲ ਬੱਲੋ ਵਾਲਾ ਭਲੂਆ ਆਇਆ ਸੀ ਇਹਦੇ ਨਾਲ ਅਤੇ ਉਹ ਫਿਰ ਸਾਵੇਂ ਛੁੱਟੇ ਸਨ ਪੰਜ ਕਸ਼ਮੀਰਾ ਸਿੰਘ ਅਤੇ ਉਹ ਵੀ ਆਇਆ ਜਿਵੇਂ ਹਾਥੀ ਹੁੰਦਾ ਅੱਛਾ ਕਾਲਾ ਸ਼ਾਹ ਇਹਦੀ ਹੈ ਮੁੰਡਾ ਜਿਹੜੇ ਦਿਲ ਕਰਦਾ ਸੀ ਜਦੋਂ ਲੀੜਾ ਪਾਉਂਦਾ ਸੀ ਨਾ ਅਤੇ ਸਾਫਾ ਪਾਉਂਦਾ ਸੀ ਅਤੇ ਦਿਲ ਕਰਦਾ ਸੀ ਵੀ ਇਹਨੇ ਵਹਿੰਦਾ ਹੀ ਰਹੇ ਬੰਦਾ ਏਡੇ ਸੋਹਣੀ ਲਾਸ਼ ਬਣੀ ਅਤੇ ਸੋਹਣਾ ਜਵਾਨ ਛੇ ਸੱਤ ਫੁੱਟ ਇਹ ਸੋਹਣਾ ਜਵਾਨ ਕਿਹੜਾ ਉਹਦੇ ਕੋਲ ਸਰੀਰ ਪੁੱਟ ਕੇ ਲਿਆ ਕੇ ਲਾਇਆ ਸੋਹਣੇ ਜਵਾਨ ਦਾ ਨਾਂ ਕੀ ਸੀ ਕਸ਼ਮੀਰਾ ਸਿੰਘ ਦਰਸ਼ਨ ਸਿੰਘ ਸੋਹਣਾ ਸੀ ਬੜਾ ਸੋਹਣਾ ਜਵਾਨ ਸੀ ਉਹ ਜਿਹੜਾ ਕਾਲਰ ਸਵਾ ਛੇ ਫੁੱਟ ਲੰਮਾ ਸੀ ਇਹ ਦਰਸ਼ਨ ਸਿੰਘ ਕਿਹੜੇ ਪਿੰਡ ਦਾ ਸੀ ਉਹ ਛਿਅੱਤਰ ਦਾ ਛਿਅੱਤਰ ਦਾ ਛਿਅੱਤਰ ਫੋਰ ਆਰ ਦਾ ਦਰਸ਼ਨ ਸਿੰਘ ਛਿਅੱਤਰ ਦਾ ਸੀ ਅੱਛਾ ਇਹਦੀਆਂ ਫਿਰ ਘੋਲ ਜਿਹੜੇ ਕਰਦਾ ਸੀ ਕੁਸ਼ਤੀਆਂ ਤੁਸੀਂ ਵੇਖੀਆਂ ਆਹੋ ਅਸੀਂ ਉੱਥੇ ਵਹਿੰਦੇ ਹੁੰਦੇ ਹਾਂ ਘੋਲਦਾ ਹੁੰਦਾ ਸੀ ਉੱਥੇ ਕਸ਼ਮੀਰਾ ਸਿੰਘ ਕੇ ਸਨ ਉਹ ਸਾਨੂੰ ਕਰਦਾ ਵੀ ਆਹ ਕਾਠ ਦੇ ਸਨ ਉਹ ਕਸ਼ਮੀਰਾ ਸਿੰਘ ਕੇ ਉੱਥੇ ਦੋ ਮੁਰੱਬੇ ਸਨ ਉਹ ਮੇਲਾ ਲਵਾਉਂਦੇ ਸਨ ਉਹ ਬਕਾਇਦਾ ਮੇਲਾ ਲਵਾਉਂਦੇ ਸਨ ਅਤੇ ਨਾਲੇ ਘੋਲ ਕਰਾਉਂਦੇ ਹਨ ਨਾਲੇ ਨਕਰੀਏ ਲਿਆਉਂਦੇ ਹਨ ਵਾਹ ਜੀ ਵਾਹ ਅੱਛਾ ਹਾਂ ਦਰਬਾਰ ਕਿਹੜਾ ਸੀ ਕਿਹੜੇ ਦਰਬਾਰ ਦਾ ਮੇਲਾ ਲਵਾਉਂਦੇ ਹਾਂ ਉਹ ਲਵਾਉਂਦੇ ਨੌ ਬਾਰ ਹਜੇ ਵੀ ਹੈ ਇਹ ਕਾਠ 'ਚ ਹਜੇ ਵੀ ਹੈ ਉਹ 57 ਵਿੱਚ ਨਹੀਂ ਕਾਠ ਦਾ ਅਤੇ ਇਹ ਜਿਹੜੇ ਹਜੇ ਬਾਬੇ ਜੰਗ ਪੀਰ ਦਾ ਮੇਲਾ ਇਹ ਕਿਹੜੇ ਸਿੱਖ ਲਵਾਉਂਦੇ ਹਨ ਇਹ ਆਹ ਲਾਉਂਦੇ ਹਨ ਤੱਖਰ ਉਹਨਾਂ ਦੇ ਸਮੇਂ ਤਿੰਨ ਚਾਰ ਪਰ ਇੱਕ ਦਾ ਸਹਿਸਰਾਬਾ ਹੁੰਦਾ ਸੀ ਉਹਦੇ ਪੰਜ ਮੁਰੱਬੇ ਸਨ ਪੰਜ ਮੁਰੱਬੇ ਇਹਦੇ ਕੋਲ ਇਹ ਨਿੱਕਾ ਭਰਾ ਸੀ ਉਹਦਾ ਜਿਹੜਾ ਉਹ ਪੱਠੇ ਪੁੱਠੇ ਪਾਉਂਦਾ ਸੀ ਅਤੇ ਇਹ ਜਿਹੜਾ ਸੀ ਨਾ ਮੂਲਾ ਸਿੰਘ ਬੁਗਜ਼ਰ ਚੁੱਕਦਾ ਹੁੰਦਾ ਸੀ ਜਵਾਨ ਸੀ ਸੋਹਣਾ ਲਾਜ ਬਈ 7 ਫੁੱਟ ਲੰਮਾ ਸੀ ਅਤੇ ਉਹ ਜਿਹੜਾ ਭਾਲ ਖਾਏ ਦੀ ਭਾਲ ਕੱਢਣ ਲੱਗ ਗਏ ਹੁਣ ਅਤੇ ਲੋਕ ਮਖੌਲ ਕਰਦੇ ਪਿਆ ਕਿਹਦਾ ਕਿਹਦਾ ਪੁੱਤਰ ਮੂਲੇ ਸਿੰਘ ਨੇ ਖਰੇ ਕਿਹੜਾ ਸੀ ਉਹ ਸੁਣਾ ਉਹਨਾਂ ਨੂੰ ਉਹ ਜਿਹੜਾ ਸੀ ਉਹ ਚੁੱਕਦੇ ਹਨ ਉਹ 3.5 ਮੰਡੀ ਐਰਨ ਸੀ ਅੱਛਾ ਉਹ ਗੁਲਾਮ ਨਬੀ ਜੀ ਨੇ ਜਿਹੜਾ ਮਿਸਤਰੀ ਉਹਨੇ ਲਿਆ ਕੇ ਰੱਖੀ ਸਰਦਾਰੀਆਂ ਦੀ ਸੇਪੀ ਸੀ ਨਾ ਉਹਦੇ ਵਿੱਚ ਵਕੀਲਾਂ ਮਰਬਿਆਂ ਦੀ ਅਤੇ ਉਹ ਉੱਥੇ ਲਿਆ ਕੇ ਅਤੇ ਉਹਨਾਂ ਸਮਝ ਐਨ ਸੁੱਟ ਦਿੱਤੀ ਉਹ ਕਿਸੇ ਕੋਲ ਚੁੱਕ ਕੇ ਤਾਂ ਇੱਥੇ ਢੰਗ ਤਾਂ ਲੱਕ ਨੂੰ ਸਿੱਧਾ ਹੋਵੇ ਉਹ ਇਹਨਾਂ ਦਾ ਕਾਲਾ ਜਿਹਾ ਮੁੰਡਾ ਸੀ ਆਹੋ ਇਹ ਪਾਲੇ ਸਿੰਘ ਦਾ ਪੁੱਤਰੀਆ ਸੀ ਉਹਨਾਂ ਦਾ ਪਾਲਾ ਸਿੰਘ ਦਾ ਉਹ ਆਇਆ ਇੱਥੇ ਚੁੱਕਣ ਉਹਦੇ ਕੋਲ ਚੁੱਕੀ ਨਾ ਗਈ ਇੱਥੇ ਟਰ ਗਈ ਗੋਡੇ ਤੇ ਅੜ ਗਈ ਤਾੜੀ ਮਾਰ ਦਿੱਤੀ ਮੁੰਡਾ ਭਰਾ ਸਾਡਾ ਉਹਦਾ ਪਤਾ ਨੀ ਕੀ ਨਾਂ ਸੀ ਨਾਂ ਦੇ ਮੈਨੂੰ ਕਿੱਥੇ ਆਉਂਦਾ ਸੀ ਤੁਹਾਨੂੰ ਕਹਿੰਦੇ ਵੀ ਉਹਦਾ ਮੁੰਡਾ ਸੀ ਉਹ ਤੇ ਉਹ ਮਤਲਬ ਉਹਨਾਂ ਨੇ ਮਾਹੌਲ ਕੀਤੇ ਪਿਓ ਦਾ ਨਾਂ ਲੈ ਕੇ ਮਾਹੌਲ ਕੀਤਾ ਪਿਓ ਦਾ ਨਾਂ ਲੈ ਕੇ ਮਾਹੌਲ ਕੀਤਾ ਨਾ ਅੱਛਾ ਤੁਸੀਂ ਦੱਸਦੇ ਵੀ ਉਹ ਮਾਹੌਲ ਕੀਤਾ ਤਾਂ ਉਹ ਫਿਰ ਆਪਣੇ ਮੁੰਡੇ ਨੂੰ ਲੈ ਗਿਆ ਆਪਣੇ ਨਾਲ ਗੁੱਸੇ ਦੇ ਵਿੱਚ ਹੀ ਘਿਓ ਲਿਆ ਤਰ ਪੀਪਾ ਘਿਓ ਲਿਆ ਸੀ ਅੱਛਾ ਉਹ ਚੌਥੀ ਦਾ ਅੱਛਾ ਚੌਥੀ ਚੌਥ ਲੰਬੜਦਾਰ ਸੀ ਉਹ ਕੀ ਉਹਨੂੰ ਆਉਂਦੇ ਨੇ ਪਹਿਲਾਂ ਚੰਗਾ ਪਹਿਲਾਂ ਸੀ ਉਹ ਲੰਬੜਦਾਰ ਸੀ ਮੇਰੇ ਬਹੁਤ 2 ਮਿੰਟ ਬਹਿਣੇ ਇੱਥੇ ਉਹ ਵੀ ਸਿੱਖ ਸੀ ਉਹ ਵੀ ਸਿੱਖ ਹਰੀ ਸਿੰਘ ਤਾਂ ਨਹੀਂ ਸੀ ਇਹਨਾਂ ਦਾ ਸਿੱਖਾਂ ਦਾ ਸੇਵਾ ਸਿੰਘ ਤਾਂ ਨਹੀਂ ਸੀ ਨਹੀਂ ਕਿ ਹਰੀ ਸਿੰਘ ਉਹਦਾ ਨਾਂ ਸੀ ਭਲਾ ਜੀ ਆ ਚਲੋ ਨੰਬਰਦਾਰ ਸੀ ਉੱਥੋਂ ਦਾ ਨਾਲ ਲੈ ਗਿਆ ਅਤੇ ਉਹ ਇਹਦਾ ਹੰਸੂ ਸੀ ਉਹਦਾ ਨਾਂ ਉਹਦਾ ਮੁੰਡੇ ਹੰਸੂ ਸੀ ਉਹ ਛੋਟਾ ਸੀ ਏਡਾ ਜਿੱਡਾ ਆਪਣਾ ਸਹੀ ਸੀ ਨਾ ਏਡੇ ਕਰਦਾ ਸੀ ਅੱਛਾ ਠੀਕ ਹੈ ਅੱਛਾ ਇੱਥੇ ਕਬੱਡੀ ਬਣ ਲਈ ਫਿਰ ਉਹ ਅਗਲੀ ਗੱਲ ਟੋਰੋ ਵੀ ਉਹ ਕਰ ਲਿਆ ਖੇਡਣ ਲੱਗ ਪਿਆ ਅਤੇ ਉਹ ਅੱਛਾ
ਕੌਡੀ ਖੇਡਣ ਲੱਗ ਪਏ ਤੇ ਉਹ ਜਿਹੜਾ ਫੜੇ ਉਹ ਸੁੱਟ ਗਿਆ ਐਂ ਕਰਦੇ ਐਂ ਕਰਦੇ ਉਹਦੇ ਕੋਲ ਫੜਿਆ ਨਾ ਜਾਏ ਕੋਈ ਵੀ ਅੱਛਾ ਉਹ ਲੈ ਗਿਆ ਗੰਗਾ ਸਿੰਘ ਸਿੱਖ ਸੀ ਗੰਗਾ ਸਿੰਘ ਦਾ ਮੁੰਡਾ ਸੀ ਮੁੰਡਾ ਸੀ ਗੰਗਾ ਸਿੰਘ ਨੰਬਰਦਾਰ ਸੀ ਨੰਬਰਦਾਰ ਸੀ ਚੌਂਟ ਚੱਕ ਦਾ ਗੰਗਾ ਸਿੰਘ ਨੰਬਰਦਾਰ ਸੀ ਨਿੱਕੀ ਚੌਥੀ ਦਾ ਚੌਥੀ ਦਾ ਅੱਛਾ ਉਹ ਮੁੰਡਾ ਉਹਦਾ ਘੋਲਣ ਨਿਕਲਿਆ ਤੇ ਲੋਕਾਂ ਨੇ ਮਜ਼ਾਕ ਕੀਤਾ ਆਪਣੇ ਸਰੀਰ ਜਿਹੜਾ ਨੇ ਇਹਦੇ ਕੱਦ ਦਾ ਛੋਟੇ ਕੱਦ ਦੀ ਕਦਰ ਸੀ ਅੱਛਾ ਇਹ ਘੋਲ ਇਹ ਗੱਲ ਆਪਾਂ ਕਰ ਰਹੇ ਹਾਂ ਉਹਨਾਂ ਦੇ ਘੋਲ ਦੀ ਇਹ ਵੀ ਇੱਕ ਉਸ ਜ਼ਮਾਨੇ ਦੇ ਕਲਚਰ ਦੀ ਗੱਲ ਹੋ ਰਹੀ ਇਹ ਘੋਲ ਕਿਹੜੇ ਪਿੰਡ ਹੋਣ ਲੱਗਾ ਸੀ ਕਿੱਥੇ ਕੁਸ਼ਤੀ ਹੋਈ ਸੀ ਉਹਨਾਂ ਦੀ ਕੁਸ਼ਤੀ ਇੱਥੇ ਹੋਈ ਸੀਗੀ ਆਪਣੇ ਇੱਥੇ ਲੋਕਾਂ ਨੇ ਤਾੜੀ ਮਾਰਤੀ ਉਹ ਘੋੜੇ ਚ ਚਾੜ ਕੇ ਤੇ ਗੰਗਾ ਸਿੰਘ ਜਿਹੜਾ ਉਹ ਲੈ ਗਿਆ ਨਾਲ ਆਪਣੇ ਪੁੱਤਰ ਨੂੰ ਲੈ ਗਿਆ ਮਰਬੇ ਜਾ ਕੇ ਤੇ ਉਹਨੇ ਪੀਪਾ ਘਿਓ ਦਾ ਲੈ ਕੇ ਤੇ ਮੁੰਡੇ ਨੇ ਆਖਿਆ ਵੀ ਆ ਖਾ ਤੇ ਨਾਲਿਆ ਪੱਠੇ ਪਾ ਤੇ ਨਾਲਿਆ ਆਪਣੇ ਘਰ ਦਾ ਕੰਮ ਕਰ ਦਾ ਕੰਮ ਕਰਦਾ ਰਿਹਾ ਅੱਛਾ ਕੰਮ ਕਰਦਾ ਰਿਹਾ ਜਿਸ ਵੇਲੇ ਡੂਢ ਮਹੀਨਾ ਲੰਘ ਗਿਆ ਨਾ ਤੇ ਫੇਰ ਉਹ ਆਇਆ ਅੱਛਾ ਮੁੰਡੇ ਨਾਲ ਲੈ ਕੇ ਇੱਥੇ ਕੌਡੀ ਵੱਧੀ ਸੀ ਡੂਢ ਮਹੀਨੇ ਬਾਅਦ ਉਹ ਕਸਰਤ ਕਰਦਾ ਰਿਹਾ ਫੇਰ ਇੱਥੇ ਆਇਆ ਜਿਸ ਵੇਲੇ ਦਗੋਟਾ ਕਰਕੇ ਤੇ ਖਲੋ ਗਏ ਖੇਡਣ ਲੱਗ ਪਏ ਉਹ ਕੀ ਕਰੇ ਨਾ ਜਿਹੜਾ ਉਹਦਾ ਮੁੰਡਾ ਸੀ ਉਹਦਾ ਨਾਂ ਬੰਸ ਸੀ ਉਹ ਦਾਈਆਂ 'ਚ ਖਲੋ ਰਿਹਾ ਜਿਹੜਾ ਆਵੇ ਨਾ ਚੋਕਰ ਲੈ ਕੇ ਤੇ ਲੈ ਜਾ ਚਾਹ ਸਿਰੋਂ ਕੱਢ ਕੇ ਤੇ ਸਿਰ ਪਰਨੇ ਮਾਰੇ ਜੂਰਾ ਚੰਦਰ ਸੀ ਇੱਥੋਂ ਦਾ ਆਪਣੇ ਵਕੀਲਾਂ ਵਾਲੇ ਦਾ ਇਹਨੇ ਇਹ ਘੁਲਦਾ ਹੁੰਦਾ ਸੀ ਇਹ ਵੀ ਜਫਰਬਾਦ ਇਹਨੂੰ ਉਹਨੇ ਚੁੱਕ ਕੇ ਮਾਰਿਆ ਡੂਢ ਮਹੀਨਾ ਮੰਜੀ ਤੇ ਪਿਆ ਗਿਆ ਇਹਦਾ ਬਾਬਾ ਤੇ ਜਿਹੜਾ ਸੀ ਚਲੋ ਇਹ ਕੌਣ ਚੰਦਰ ਦਾ ਮੁੰਡਾ ਹੈ ਜੂਰੇ ਚੰਦਰ ਦਾ ਮੁੰਡਾ ਜੀ ਉਹ ਫਿਰ ਸਮਾਂ ਕਰ ਲਿਆ ਬਈ ਉਹ ਏਡੇ ਸਮਝ ਫਿਰ ਕੌਡੀ ਇੱਥੇ ਕੌਡੀ ਹੁੰਦੀ ਰਹਿੰਦੀ ਸੀ ਤੇ ਉਹ ਜਿਹੜਾ ਸੀ ਆਪਣਾ ਆਪਣੇ ਪਿੰਡ ਦਾ ਸੀਗੇ ਡੂਢ ਮਰਬਾ ਉਹਨਾਂ ਦੇ ਕਮੋ ਵਾਲਾ ਐਰਨ ਨਾਲ ਚੁੱਕੀ ਜਾਵੇ ਉਹਦੇ ਕੋਲ ਤੇ ਉਹ ਚਲਾ ਗਿਆ ਉਹ ਵੀ ਨਾਲ ਲੈ ਗਿਆ ਉਹਨੇ ਉਹਨੂੰ ਘਿਓ ਲੈ ਕੇ ਦਿੱਤਾ ਉਹ ਜਦੋਂ ਇਹ ਵਕੀਲਾਂ ਦੀ ਭਾਲ ਕਰਦੇ ਹਨ ਉੱਤੋਂ ਦੀ ਕਿਸੇ ਕੋਲ ਭਾਲ ਦਾ ਟੱਪਾ ਨਹੀਂ ਸੁੱਟਿਆ ਉੱਚੀ ਸੀ ਨਾ ਉੱਚੀ ਸੀ ਬੜੀ ਉੱਚੀ ਸੀ ਅਤੇ ਉਹ ਫਿਰ ਸਮਾਂ ਕਰ ਲਿਆ ਵੀ ਉਹ ਜਿਸ ਵੇਲੇ ਡੋਢ ਮਹੀਨਾ ਹੋ ਗਿਆ ਦੋ ਮਹੀਨੇ ਹੋ ਗਏ ਉਹ ਫਿਰ ਆਇਆ ਮੁੰਡਾ ਉਹ ਕੋਈ ਕੁੜੀ ਜਿਹੜਾ ਕਿ ਕਰੇ ਨਾ ਇੱਥੋਂ ਫੜੇ ਮੋਢੇ ਦੇ ਤੁਹਾਡਾ ਮੇਲਾ ਨੀ ਲੱਗੇ ਰਹੇ ਆ ਤਿੰਨ ਚਾਰ ਸਾਲ ਉਹ ਸਿੱਖ ਜਿਹੜਾ ਸਸਰ ਬਣਿਆ ਸੀ ਕਬੱਡੀ ਕਰਾਉਂਦੇ ਇਸੇ ਸ਼ੌਂਕ ਚ ਕਰਾਉਂਦੇ ਸਨ ਬਾਦਲ ਉਹਨਾਂ ਦੀ ਕੌਮ ਹੈ ਕਬੱਡੀ ਕਰਾਉਂਦੇ ਸਨ ਸੁਖਬੀਰ ਸਿੰਘ ਬਾਦਲ ਤਬਜੀਤ ਸਿੰਘ ਬਾਦਸ਼ਾਹ ਸੀ ਨਾ ਬਣਿਆ ਤੇ ਉਹਨੇ ਫਿਰ ਪਾਕਿਸਤਾਨ ਦੀ ਤੇ ਪੰਜਾਬ ਦੀ ਪੰਜਾਬ ਦੀ ਤੇ ਉਹ ਇੰਡੀਆ ਦੀ ਜਿਹੜਾ ਪੰਜਾਬ 12 ਜ਼ਿਲ੍ਹੇ ਜਿਹੜੇ ਉੱਧਰ ਚਲੇ ਗਏ ਨੇ ਉਹ ਵੀ ਸਾਡੀ ਗਲਤੀ ਤੋਂ ਗਏ ਨੇ ਸਾਡੇ ਮੁਸਲਮਾਨਾਂ ਕੋਲੋਂ ਉਹ ਵੀ ਗਲਤੀ ਨਾਲ ਗਏ ਨੇ ਇਹ ਦਿੱਲੀ ਜਿਹੜੀ ਸੀ ਸਾਨੂੰ ਆਉਣੀ ਸੀ ਚਲੋ ਉਹ ਹੁਣ ਉਹਨਾਂ ਸੁਣਨਾ ਨਾ ਉਹ ਵਿਰਸਾ ਸਿੰਘ ਸਿੱਖ ਸੀ ਬਦਮਾਸ਼ ਸੀ ਉਹ ਸਾਡੇ ਦਾ ਸੀ ਫੜਿਆ ਨਾ ਜਾਏ ਸਿੱਖਾਂ ਨੇ ਪੰਜਾਹ ਦਾ ਨਾਲ ਸੀ ਨਾ ਸਿੱਖ ਪੰਜਾਹ ਦੇ ਨਾਲ ਪੰਜਾਹ ਸੀ ਉਹਦੇ ਸਿੱਖਾਂ ਨੇ ਕੌਡੀ ਵੱਧੀ ਸੀ ਉਹ ਨਾ ਫੜਿਆ ਨਾ ਗਿਆ ਇਹ ਢੇਮਾ ਮਾਰਨ ਲੱਗ ਪਏ ਉਹਨਾਂ ਲੜਾਈ ਪਾਤੀ ਤੇ ਦੂਜੇ ਜਿਹੜੇ ਹਨ ਲੋਕ ਜਿਹੜੇ ਹਨ ਉਹ ਤੇ ਹਿਮਾਚਲ ਟਮਾਚਲ ਜਿਹੜੇ ਉਹਨਾਂ ਭੱਜ ਗਏ ਉਹ ਰਹਿ ਗਏ ਉੱਥੇ ਬਲਾਦਰੀ ਚ ਬੰਦੇ ਘੋੜੀ ਚ ਆਉਂਦਾ ਸੀ ਪਿਆ ਅੱਛਾ
ਐਂਡ ਕਰਕੇ ਅੱਗੇ ਬਰਸ਼ੀ ਕਰ ਦਿੱਤੀ ਉਹ ਸਿੱਖ ਸੀ ਉਹ ਤੁਹਾਡਾ ਹਮਾਇਤੀ ਸੀ ਸਾਡਾ ਸਾਡੇ ਚੱਕ ਟਾਰੀ ਸਾਡੇ ਬਾਜਵਾਰੀ ਬਲਾਦਰੀ ਦਾ ਉਹ ਵੀ ਸਿੱਖ ਸੀ ਹਾਂ ਤੁਹਾਡੀ ਬਰਾਦਰੀ ਦਾ ਸੀ ਠੀਕ ਹੈ ਉਹਨੇ ਅੱਗੇ ਸਿੱਧਾ ਕੀ ਉਹ ਬਰਸ਼ੀ ਡੱਠੀ ਜਿਹੜੇ ਉਹ ਜਾ ਕੇ ਭੱਜ ਗਈ ਦੁਨੀਆ ਫਿਰ ਅੱਗੇ ਮਰ ਗਿਆ ਅੱਛਾ ਸਿੱਖ ਨੇ ਸਿੱਖ ਨੂੰ ਮਾਰ ਦਿੱਤਾ ਸਿੱਖ ਨੂੰ ਸਿੱਖ ਅੱਛਾ ਉਹ ਤੁਹਾਡੀ ਹਮਾਇਤ ਦੇ ਵਿੱਚ ਲੜ ਪਿਆ ਹਾਂ ਵਿਰਸਾ ਸਿੰਘ ਲੜਿਆ ਸੀ ਹਾਂ ਵਿਰਸਾ ਸਿੰਘ ਸੀ ਉਹ ਵਿਰਸਾ ਸਿੰਘ ਕਿਹੜੇ ਪਿੰਡ ਦਾ ਸੀ ਜਿਹੜੇ ਤੁਹਾਡੀ ਹਮਾਇਤ ਚ ਸਜਾਦੇ ਦਾ ਸੀ ਉਸੇ ਪਿੰਡ ਦਾ ਸੀ ਜਿਹੜੇ ਸਿੱਖਾਂ ਦੀ ਲੜਾਈ ਆਪਣੇ ਮਾਮੇ ਹਯਾਤ ਨਾਲ ਹੋਈ ਸੀ ਉੱਥੇ ਟੋਬੇ ਟੇਕ ਸਿੰਘ ਦੇ ਵਿੱਚ ਸਿੱਖਾਂ ਦਾ ਸਾਟੋ ਬਾਟੇ ਉਹ ਸਮਾਂ ਗੱਲ ਹੈ ਵੀ ਇਹਨਾਂ ਨੇ ਭੰਗੜਾ ਖੇਡ ਦਿੰਦੇ ਹਲੇ ਵਿਸਾਖੀ ਜਦੋਂ ਆਉਂਦੀ ਭੰਗੜਾ ਪਾਉਂਦੇ ਬਾਈ ਦਾ ਭੰਗੜਾ ਨਿਕਲਿਆ ਤੇ ਸਭ ਸਾਰੇ ਪਿੰਡ ਜਿਹੜੇ ਸਿੱਖ ਸਿੱਖਾਂ ਦੇ ਆ ਉਹ ਸਾਰੇ ਸਿੱਖ ਜਿਹੜੇ ਨੇ ਉਹ ਵੀ ਭੰਗੜਾ ਲੈ ਕੇ ਆਉਂਦੇ ਹਨ ਟੋਬੇ ਮੰਡੀ ਹੈ ਕਿ ਨਹੀਂ ਵਿੱਚ ਉਹ ਮੰਡੀ ਦੇ ਵਿੱਚ ਉੱਥੇ ਟੱਪਦੇ ਨੱਚਦੇ ਹਨ ਜੋ ਜੋ ਕਰਦੇ ਹਨ ਸਿੱਖਾਂ ਦਾ ਕੰਮ ਹੈ ਬਬਲੀਆਂ ਬਬਲੀਆਂ ਮਾਰੀਆਂ ਸ਼ਰਾਬਾਂ ਉਹ ਸਮਾਂ ਗੱਲ ਹੈ ਵੀ ਉੱਥੋਂ ਨਿਕਲੇ ਤੇ ਉਹ ਸਮਾਂ ਗੱਲ ਹੈ ਵੀ ਉਹ ਇਸ ਤਰ੍ਹਾਂ ਬਬਲੀਆਂ ਮਾਰਦੇ ਬਾਅਦ ਲੜਾਈ ਪੈ ਗਈ ਅੱਛਾ ਇਹਨਾਂ ਦੇ ਮਗਰ ਚੜ੍ਹੇ ਤੇ ਇਹ ਸਮਾਂ ਜੋ ਸਿੱਖ ਇਹ ਵੀ ਅੱਗੋਂ ਲੜਨ ਲੱਗ ਪਏ ਇਹ ਵੀ ਲੜਨ ਲੱਗ ਪਏ ਪੁਲਿਸ ਹਕੂਮਤ ਪੈ ਗਈ ਦੁਆਲੇ ਪੁਲਿਸ ਪੈ ਗਈ ਹਾਂ ਗੋਰਿਆਂ ਦੀ ਠੀਕ ਹੈ ਤੇ ਬੜੀ ਲੜਾਈ ਹੋਈ ਉਹਨਾਂ ਦੀ ਆਪਸ ਵਿੱਚ ਠੀਕ ਹੈ ਉਹ ਚੌਧਰੀ ਯਾਰ ਖਲੋਟਾ ਸੀ ਲੈਣ ਦੇ ਉੱਤੇ ਗੱਡੀ ਦੀ ਲੈਣ ਤੇ ਉਹ ਜਿਹੜਾ ਸਿੱਖ ਜਿਹੜਾ ਜਿਹਨੇ ਸਮਾਂ ਸੀ ਵੀ ਕੋਈ ਕਸੂਰ ਕੀਤਾ ਸੀ ਅੱਛਾ ਉਹ ਖਲੋਟਾ ਸੀ ਲੈਣ ਦੇ ਉੱਤੇ ਉਹ ਸੀ ਸੂਬੇ ਛੋਟਾ ਡੰਡਾ ਛੋਟੇ ਜਿਹੜੇ ਕੌਡੀ ਜੀ ਲੜਾਈ ਹੋਈ ਉਹ ਸਲਾਸ ਕਰਾਉਂਦੇ ਆ ਉਹ ਫਿਰ ਉੱਥੇ ਖਲੋਟਾ ਸੀ ਤੇ ਉਹ ਫਿਰ ਸਾਨੂੰ ਗੱਲ ਆ ਵੀ ਇਹ ਚੌਧਰੀ ਯਾਦ ਘੋੜੀ ਚ ਗਿਆ ਇਹਨੇ ਫਿਰ ਡਾਂਗ ਸੀ ਫੜੀ ਇਹ ਫਿਰ ਉਹ ਖਲੋਟਾ ਸੀ ਤੇ ਜਾ ਕੇ ਤੇ ਫਿਰ ਤਿੰਨ ਚਾਰ ਡਾਂਗਾ ਸੁੱਟ ਸੀ ਉਹਨੂੰ ਡੇਗ ਦਿੱਤਾ ਮਾਰ ਡਾਂਗ ਪ੍ਰੀਸ਼ ਵਿੱਚ ਉਹ ਫਿਰ ਸਮਾਂ ਗੱਲ ਹੈ ਬਈ ਜਦੋਂ ਡਿੱਗ ਪਿਆ ਨਾ ਉਹ ਤੇ ਉਹ ਘੋੜੀ ਆਉਂਦੀ ਸੀ ਉਹਨਾਂ ਉਹ ਘੋੜੀ 'ਚ ਚੜ੍ਹ ਕੇ ਤੇ ਫਿਰ ਸਾਲੇ ਨੂੰ ਚਲਾ ਗਿਆ ਅੱਛਾ ਸਾਲੇ ਚਲਾ ਗਿਆ ਜਿਸ ਵੇਲੇ ਤੇ ਉੱਥੇ ਪੁਲਿਸ ਪਈ ਤੇ ਸਾਰੀ ਫਿਰ ਸਾਰੀ ਟੋਬੇ ਦੀ ਪੁਲਿਸ ਪੈ ਗਈ ਅੱਛਾ ਉਹਨੇ ਪੁਲਿਸ ਦੇ ਵਿੱਚ ਮਲਕ ਸੀ ਰੱਬ ਨੂੰ ਆ ਉਹ ਬੜੇ ਬੜੇ ਨਰ ਬਣ ਲੈ ਰਹੀ ਉਹਦੀ ਇਲਾਜ ਵੀ ਨਰ ਰਹੀ ਉਹ ਜਿਸ ਵੇਲੇ ਰੱਬ ਨੂੰ ਆਜ ਦੇ ਨਵਾਬ ਨਵਾਜ ਆਖਿਆ ਬਈ ਜੇ ਮੇਰੇ ਪਿੰਡ 'ਚ ਵੜੇ ਹੋ ਤਾਂ ਮੈਂ ਉਹ ਵੀ ਰਸਾਲਦਾਰ ਸੀ ਜੇ ਮੇਰੇ ਪਿੰਡ 'ਚ ਵੜੇ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਪਤਾ ਨੀ ਲੱਗਦਾ ਅੱਛਾ ਇੱਥੋਂ ਦੀਆਂ ਕੋਈ ਯਾਦਾਂ ਫਿਰ ਤਾਜ਼ਾ ਕਰੋ ਹੋਰ ਕੋਈ ਇੱਥੋਂ ਦਾ ਵਾਕਿਆ ਕੋਈ ਗੱਲ ਕੋਈ ਇੱਥੋਂ ਦੇ ਨਾਂ ਉਹ ਜਿਹੜਾ ਭਲਵਾਨ ਸੀ ਪਾਲਾ ਸਿੰਘ ਉਹ ਕਿਹੜੇ ਚੱਕ ਦਾ ਸੀ ਉਹ ਆ 57 ਦਾ ਸੀ 57 ਦਾ ਸੀ ਹਾਂ ਉਹ ਵੀ ਘੁੰਮਣ ਸੀ ਨਹੀਂ ਉਹ ਕਮੋ ਸਾਂ ਉਹ ਕਮੋ ਸੀ ਅੱਛਾ ਕੰਬੋ ਵੀ ਬੈਠੇ ਸਨ 57 ਦੇ ਵਿੱਚ ਆ ਡੂਰ ਮਰਬਾ ਉਹਨਾਂ ਦਾ ਆ ਨਾ ਸਾਡੇ ਪਰਲੇ ਪਾਸੇ ਦੋ ਕੁ ਮਰਬੇ ਅੱਛਾ 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 ਠੀਕ ਹੈ ਠੀਕ ਉਹ ਰਹਿੰਦੇ 57 ਚ ਸਨ ਤੇ ਇੱਥੇ ਵਾਹੀ ਕਰਦੇ ਹਨ ਅਸਾਂ ਇਹ ਵੀ ਠੇਕੇ ਤੇ ਲਈ ਸਾਡੇ ਬਾਬੇ ਨੇ ਅੱਲਾ ਬਖਸ਼ੇ 300 ਦੀ ਵਾਹ ਜੀ ਡੂਰ ਮਰਬਾ 300 ਦਾ ਕੀ ਬਾਤ ਹੈ ਅੱਛਾ
ਐਡਾ ਪਿੰਡ ਹੁਣ ਸਾਡਾ ਬਣਿਆ ਨਾ ਅੱਬੇ ਦੇ ਅੱਠ ਭਰਾ ਹਨ ਤੇ ਅੱਠਾਂ ਭਰਾਵਾਂ ਦੀ ਤੇ ਪੰਜਾਂ ਭਰਾਵਾਂ ਦੀ ਔਲਾਦ ਇੱਥੇ ਬੈਠੀ ਹੈ ਉਹਨਾਂ ਦੇ ਸਿਰਫ ਬਾਬਾ ਇਕੱਲਾ ਹੀ ਬਾਕੀ ਸਾਰੇ ਅੱਲਾਹ ਕੋਲ ਚਲੇ ਗਏ ਨੇ ਵਾਹ ਜੀ ਵਾਹ ਭਰਜਾਈਆਂ ਵੀ ਭੈਣਾਂ ਵੀ ਭਰਜਾਈਆਂ ਵੀ ਸਮਝਦੇ ਤੇ ਭਰਾ ਵੀ ਸਭ ਤੁਰ ਗਏ ਇੱਕੋ ਪੁਰਾਣੀ ਮੁੱਢੀ ਬੈਠੀ ਹੈ ਇੱਕੋ ਹੀ ਬੈਠੀ ਅੱਛਾ ਇਹ ਇਹਨਾਂ ਨੂੰ ਉਹ ਮਤਲਬ ਇਹ ਸ਼ੁਰੂ ਤੋਂ ਰਹੇ ਨੇ ਮਤਲਬ ਆਪਣੇ ਸ਼ਰੀਫਾਂ ਨਾਲ ਜ਼ਿੰਦਗੀ ਚ ਨਾ ਕਿਸੇ ਨੂੰ ਬੇਲੀ ਬਣਾਇਆ ਨਾ ਕਿਤੋਂ ਗੱਡੇ ਆਏ ਨਾ ਗਏ ਨਾਲੇ ਛੋਟੇ ਹੁੰਦੇ ਹਨ ਉਦੋਂ ਅੱਛਾ ਇਹ ਸਾਨੂੰ ਦੱਸੋ ਜਦੋਂ ਫਿਰ ਇਹ ਉਜਾੜੇ ਪੈਂਦੇ ਨੇ ਉਜਾੜੇ ਪੈਂਦੇ ਨੇ ਤੇ ਫਿਰ ਇੱਥੋਂ ਅਮਨ ਅਮਾਨ ਉੱਠ ਗਿਆ ਸੀ ਉਹ ਜਾਣ ਤੋਂ ਪਹਿਲੇ ਜ਼ਹਿਰ ਤੁਹਾਡੇ ਵਾਲਦ ਸਾਹਿਬ ਦੇ ਉਹ ਬੇਲੀ ਵੀ ਸਨ ਜਿਹੜੇ ਮੈਂ ਤੁਹਾਨੂੰ ਦੱਸਾਂ ਕਿ ਭਾਈ ਉਹ ਸਮਾਂ ਕਰ ਲਓ ਤੁਸੀਂ ਵੀ ਜਦੋਂ ਓਟ ਪੜ ਪਈ ਹੈ ਨਾ ਤਾਂ ਸਾਹਿਬ ਲੁੱਟਣ ਦੇ ਵਿੱਚ ਬਣੇ ਪਏ ਐਵੇਂ ਕਣਕਾਂ ਚੁੱਕੋ ਉਹ ਚੁੱਕੋ ਉਹ ਚੁੱਕੋ ਉਹ ਤਾਂ ਖਾਲੀ ਹੋ ਕੇ ਤੁਰ ਪਏ ਨਾਲ ਗੱਡੇ ਲੈ ਕੇ ਕੋਈ ਸਮਾਨ ਮਾੜਾ ਮੋਟਾ ਉੱਤੇ ਚੜ ਲਿਆ ਸਿੱਖਾਂ ਦੇ ਨਾਲ ਸਾਡੇ ਨਾਲ ਉਹ ਮੁੰਡਾ ਸੀਗੇ ਸਾਡੇ ਮੁੰਡੇ ਵੀ ਗਏ ਸਨ ਸਾਡੇ ਮਿੱਟ ਛੋਟਾ ਜਿਹੜਾ ਉਹ ਗਿਆ ਸੀ ਉਹ ਅਤੇ ਉਹ ਸਮਾਂ ਗੱਲ ਹੈ ਵੀ ਉਹ ਗੱਡੇ ਧੋਣ ਖੜੇ ਅਤੇ ਉਹ ਗੱਡੇ ਲੈ ਗਏ ਬਾਬਾ ਇੱਥੋਂ ਨਿਕਲਿਆ ਬਾਬੇ ਨਾਲ ਕਿਹਾ ਵੀ ਉਹ ਗੱਡੇ ਸਿੱਖ ਲੈ ਗਏ ਉਹ ਉੱਥੇ ਆ ਸੜਕੇ ਵੱਡੀ ਜਿਹੜੀ ਇਹਨੇ ਇਸ ਸੜਕੇ ਪੈ ਗਏ ਅਤੇ ਛੱਤਰ ਨੂੰ ਜਾਂਦੇ ਹਨ ਪਏ ਅੱਛਾ ਉਹਦੇ ਬਾਬੇ ਨੇ ਆਵਾਜ਼ ਮਾਰੀ ਵੀ ਮੁਗਲਾ ਸਿੰਘ ਹੈਗਾ ਇੱਥੇ ਉਹ ਮੁਗਲਾ ਸਿੰਘ ਵਿੱਚ ਨਿਕਲ ਆਇਆ ਬਾਹਰ ਮੈਂ ਅਤੇ ਉਹ ਮੁਗਲਾ ਸਿੰਘ ਨੂੰ ਆਖਣ ਲੱਗਾ ਵੀ ਤੈਨੂੰ ਸਾਡੇ ਗੱਡੇ ਜੋ ਕੇ ਲੈ ਗਏ ਨੇ ਆ ਮੁੰਡੇ ਗੱਡੇ ਲਈ ਫਿਰਦੇ ਹਨ ਧੱਕੋ ਧੱਕੇ ਗੱਡੇ ਲੈ ਗਏ ਨੇ ਉਹ ਸਾਡੇ ਛੱਡਾ ਉਹ ਮੂਲਾ ਸਿੰਘ ਨੇ ਗੱਡੇ ਦੋ ਉੱਥੇ ਛਡਾਏ ਅਤੇ ਉੱਥੇ ਉਹਨਾਂ ਨੂੰ ਆਖਿਆ ਇੱਥੇ ਛੱਡ ਦਿਓ ਟੱਕੇ ਅਤੇ ਤੁਸੀਂ ਗਾਹ ਨਿਕਲ ਜਾਓ ਅਤੇ ਤੂੰ ਉਹਨਾਂ ਨੂੰ ਅਗਲਾ ਯਾਰ ਪਿਛਾਰਾ ਕੀ ਪਤਾ ਲੱਗੇ ਇਹਦਾ ਕੋਈ ਸ਼ਰਾਰਤ ਕਰ ਇਹ ਫਿਰ ਇੱਧਰੋਂ ਛੇਤਰ ਨੂੰ ਨਿਕਲ ਗਏ ਸੀ ਇੱਥੋਂ ਅਮਨ ਅਮਾਨ ਉੱਠੇ ਕਿਸੇ ਨੇ ਕੋਈ ਕਿਹਾ ਤਾਂ ਨਹੀਂ ਨਾ ਬਾਅਦ ਦੇ ਵਿੱਚ ਇਹਨਾਂ ਚੋਂ ਕੋਈ ਇੱਥੇ ਆਇਆ ਆਪਣਾ ਪਿੰਡ ਵੇਖਣ ਜਾਂ ਆਪਣੇ ਇਲਾਕੇ ਵੇਖਣ ਮੂਲਾ ਸਿੰਘ ਕਿਆਂ ਚੋਂ ਉਹਨਾਂ 'ਚ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਅੱਛਾ ਹਾਂ ਮੂਲਾ ਸਿੰਘ ਕਿ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਲੰਬ ਚੌਂਹਠ ਦਾ ਕੋਈ ਆਉਂਦਾ ਰਿਹਾ ਜਿਹੜਾ ਉਹ ਇੱਥੇ ਬਹਿੰਦੇ ਹੀ ਰਹੇ ਨੇ ਬਿਲਕੁਲ ਠੀਕ ਜਿਹੜੇ ਚੌਂਹਠ ਦੇ ਜਿਹਨਾਂ ਦਾ ਚਬਾਰਾ ਉਹਨਾਂ ਦਾ ਕੀ ਨਾਂ ਸੀ ਉਹ ਤੇ ਸੀ ਖੱਤਰੀ ਉਹਦਾ ਨਾਂ ਸੀ ਨਾਂ ਸੀ ਉਹਦਾ ਬੜਾ ਲਿਆ ਬੱਗੂ ਬੱਗੂ ਸ਼ਾਹ ਉਹ ਚਬਾਰਾ ਸੀ ਉਹਦਾ ਉਹ ਚਬਾਰੇ 'ਚ ਰਹਿੰਦੇ ਸਨ ਉਹਦੇ ਬੱਗੂ ਸ਼ਾਹ ਦਾ ਮਰਬਾ ਸੀ ਪਰਲੇ ਪਾਸੇ ਅੱਛਾ ਬੜੀ ਮਿਹਰਬਾਨੀ ਧੁੱਪ ਹੁੰਦੀ ਨਾ ਫਿਰ ਧੁੱਪ ਨਹੀਂ ਸੀ ਅੱਜ ਮੀਂਹ ਪੈਂਦਾ ਪਿਆ ਸੀ ਇਹ ਵੀ ਬਿਹਤਰ ਹੋ ਗਿਆ ਧੁੱਪ ਧੁੱਪ ਫੋਟੋ ਬੜੇ ਪਿਆਰੇ ਬਣਨੇ ਨੇ ਬੜੀ ਮਿਹਰਬਾਨੀ ਦਫ਼ਤਰ ਜਾਂਦੇ ਰਹੇ ਆ ਇੱਥੇ ਅੱਛਾ ਸਹੀਵਾਲ ਮੈਨੂੰ ਕੱਪੜਾ ਮਿਲਦਾ ਰਿਹਾ ਵੇ ਜਦੋਂ ਉੱਠ ਪਈ ਸੀ ਨਾ ਮਗਰੇ ਡੀਪਾਂ ਦੇ ਕੱਪੜੇ ਕੀਤੇ ਹਨ ਉਹ ਮਹੀਨੇ ਪਿੱਛੋਂ ਜਾਣਾ ਅਤੇ ਉੱਥੋਂ ਕੱਪੜਾ ਕੁਪੜਾ ਲਿਆ ਆਉਣਾ ਦਸ ਦਸ ਵੀਹ ਗਜ ਪੰਦਰਾਂ 'ਚ 25 ਗਜ ਅਜੇ ਸਿੱਧੇ ਤੁਰ ਜਾਣਾ ਤੁਰ ਕੇ ਆ ਜਾਣਾ ਇੱਕ ਦਿਨ ਮੈਂ ਗਿਆ ਅਤੇ ਤੁਰ ਕੇ ਆਇਆ ਅਤੇ ਇੱਕ ਕੰਮ ਸੀ ਸਾਨੂੰ ਅਸੀਂ ਸਾਰਾ ਦਿਨ ਸ਼ਹਿਰ ਫਿਰਦੇ ਰਹੇ ਫਿਰ ਉੱਥੇ ਸ਼ਾਮ ਨੂੰ ਮਰਿਆ ਪਰਤੇ ਜਿਹੜੇ ਸ਼ਾਮ ਪਈ ਤਾਂ ਮੈਂ ਆਪਣਾ ਉਹ ਮੁਰੱਬਾ ਹੋਇਆ ਸੀ ਨਾ ਕੋਪਾ ਹਾਂ ਅਤੇ ਉਹਦੇ ਵਿੱਚ ਕਮਾਲ ਸੀ ਕਿੱਲਾ ਉੱਥੋਂ ਗੱਲਾਂ ਭਾਨਿਆ ਅਤੇ ਚੁੱਪਿਆ ਅਤੇ ਮੇਰੇ ਕੋਲ ਬਹਿ ਕੇ ਅਤੇ ਉੱਠਿਆ ਨਾ ਜਾਵੇ ਮੈਂ ਘਰ ਆਇਆ ਅਤੇ ਮੇਰੇ ਕੋਲ ਬਹਿ ਕੇ ਅਤੇ ਉੱਠਿਆ ਨਾ ਜਾਵੇ ਉਹ ਫਿਰ ਤੁਹਾਡੀ ਮਾਂ ਨੇ ਪਾਣੀ ਚੱਟਾ ਕੀਤਾ ਪਾਣੀ ਚੱਟਾ ਕਰਕੇ ਮੇਰੇ ਪੈ ਪਿੰਨੀਆਂ ਢੋਟੀਆਂ ਪਿੰਨੀਆਂ ਢੋ ਕੇ ਕਿੰਨਾ ਟੁਰੇ ਸੀ ਉਸ ਦਿਨ ਤੁਸੀਂ 20 ਮੀਲ 20 ਮੀਲ ਬੰਦ ਅਤੇ ਸੁਣਿਆ ਹੁਣ ਵੀ ਬਹਿ ਜਾਓ ਤਾਂ ਵਾਹਣਾ ਕਿ ਪੱਠਿਆਂ ਦਾ ਵੱਢ ਦਿੰਦੇ ਹੋ ਪੱਠੇ ਵਾਹਣਾ ਛੱਡ ਕੇ ਮੇਰੇ ਕੋਲ ਤਾਂ ਹੋਸ਼ ਨਹੀਂ ਰਹਿੰਦੀ ਮੈਂ 2 ਦਿਨ ਪੱਠੇ ਵੱਢ ਲੈਣੇ ਹਨ ਮੈਂ ਪੱਠੇ ਵੱਢਣ ਜਦੋਂ ਵੱਢ ਕੱਟਣ ਨਾ ਸਾਰੇ ਮੈਂ ਉਦੋਂ ਉੱਠਣਾ ਕਿਉਂ ਮੇਰੇ ਕੋਲ ਚੁੱਕ ਕੇ ਇੱਥੇ ਆਇਆ ਨਹੀਂ ਜਾਂਦਾ ਬਾਬਾ ਜੀ ਫਿਰ ਵੀ ਬੜੀ ਗੱਲ ਹੈ ਕਿ 100 ਸਾਲ ਦੀ ਉਮਰ 'ਚ ਤੁਸੀਂ ਅੱਜ ਵੀ ਆਉਂਦੇ ਹੋ ਮੈਥੋਂ ਕੰਮ ਕਰਾਓ ਹਾਂ ਮੇਰਾ ਦਿਲ ਕਰਦਾ ਹੈ ਦਿਲ ਕਰਦਾ ਦਿਲ ਕਰਨ ਗਿਆ ਰਿਹਾ ਇਹ ਮੁੰਡਿਆਂ ਵਾਲੇ ਵੇਖ ਕੇ ਮੇਰੇ ਰਾਤੀ ਆ ਮੁੰਡੇ ਪਾਣੀ ਲਾਇਆ ਸੀ ਅੱਜ ਵੇਲੇ ਮੈਨੂੰ ਫਿਕਰ ਪਿਆ ਸੀ ਵੀ ਉਹਨੂੰ ਰਾਤ ਪੈ ਗਈ ਅਤੇ ਉਹਦਾ ਪਤਾ ਹੀ ਨਹੀਂ ਕੀ ਕੀਤਾ ਚਾਹ ਲੈ ਕੇ ਜਾਓ ਜਾਂ ਉਹਨੂੰ ਪੁੱਛ ਕੇ ਆਓ ਵੀ ਕਿੰਨੀ ਕੁ ਰਹਿੰਦੀ ਹੈ ਕਿੰਨੀ ਕੁ ਪੀਚੀ ਹੈ ਕੀ ਕਦੋਂ ਆਏਗਾ ਕੀ ਗੱਲ ਹਮੇਸ਼ਾ ਹਾਲਾਤ ਜਿਹੜੀ ਹੁੰਦੀ ਉਹਨੂੰ ਫਿਕਰ ਹੋਣਾ ਚਾਹੀਦਾ ਘਰ ਦੇ ਜੀਆਂ ਨੂੰ ਫਿਕਰ ਹੋਣਾ ਚਾਹੀਦਾ ਜੱਟਾਂ ਨੂੰ ਖੇਤੀ ਦੀ ਫਿਕਰ ਨਹੀਂ ਹੋਣੀ ਤੇ ਹੋਣੀ ਕਿਹਨੂੰ ਠੀਕ ਹੈ ਲਓ ਜੀ ਬਾਬਾ ਜੀ ਨੇ ਗੱਲਬਾਤ ਕਰਕੇ ਸਾਨੂੰ ਬਹੁਤ ਚੱਸ ਆਈ ਬੜੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਔਰ ਸਾਨੂੰ ਤਾਂ ਚੱਸ ਆਈ ਹੀ
ਉਹ ਲੋਕ ਜਿਨ੍ਹਾਂ ਦਾ ਇੱਥੇ ਹੁਣ ਵੇਰਵੇ ਦੇ ਨਾਲ ਜ਼ਿਕਰ ਹੋਇਆ, ਜਿਨ੍ਹਾਂ ਦੀ ਗੱਲਬਾਤ ਹੋਈ, ਅਸੀਂ ਗਾਹ ਨਾਲ ਸੁਣੀ, ਤੁਸੀਂ ਵੀ ਗਾਹ ਨਾਲ ਸੁਣੀ ਹੋਣੀ ਹੈ, ਅਤੇ ਬਾਬੇ ਹਰਾਂ ਨੇ ਬੜਾ ਖੁੱਲ੍ਹ ਕੇ ਗੱਲ ਕੀਤੀ ਉਸ ਜ਼ਮਾਨੇ ਦੇ ਕੁਝ ਵਾਕਿਆਤ ਦੀ, ਕੁਝ ਗੱਲਾਂ ਦੀ। ਔਰ ਅੱਲਾ ਰੱਖਾ ਬਾਜਵਾ ਸਾਹਿਬ ਬਾਬਾ ਜੀ ਹਰਾਂ ਦੇ ਸਾਹਿਬਜ਼ਾਦੇ ਨੇ, ਪੁੱਤਰ ਨੇ, ਅਤੇ ਇਹਨਾਂ ਨੇ ਸਾਡੀ ਗੱਲਬਾਤ ਅੱਗੇ ਤੋਰਨ ਦੇ ਵਿੱਚ ਸਾਡਾ ਬੜਾ ਸਾਥ ਦਿੱਤਾ। ਔਰ ਸਾਡੀ ਅੱਜ ਦੀ ਮਹਿਫਲ ਬੜੀ ਯਾਦਗਾਰ ਜੀ ਮਹਿਫਲ ਰਹੀ। ਔਰ ਉਹ ਲੋਕ ਜਿਹੜੇ ਘੁੰਮਣ ਸਨ 57-4 R ਦੇ, ਜਿਹੜੇ ਲਾਗੇ ਪਿੰਡ ਹੈ, ਬਿਲਕੁਲ ਨਾਲ ਲਗਵੀਂ ਸੀਨ ਲੱਗਦੀ ਹੈ ਇਹਨਾਂ ਦੀ ਜ਼ਮੀਨ ਦੇ ਨਾਲ, ਉਹ ਘੁੰਮਣ ਜੱਟ ਮੂਲਾ ਸਿੰਘ ਕੇ, ਜਾਂ ਜਿਹੜਾ ਪਹਿਲਵਾਨ ਸੀ 57 ਦਾ ਪਾਲਾ ਸਿੰਘ ਕੰਬੋ, ਅਤੇ ਇਸ ਤਰ੍ਹਾਂ ਬਾਕੀ ਲੋਕਾਂ ਦੇ ਨਾਂ ਜਿਨ੍ਹਾਂ ਦੇ ਆਏ, ਉਹਨਾਂ ਦੇ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ, ਉਹਨਾਂ ਅਸੀਂ ਯਕੀਨਨ ਬੜੇ ਮਾਣ ਦੀ ਗੱਲ ਹੈ। ਅਤੇ ਉਹਨਾਂ ਦੇ ਮਾਣ ਪਰੋਂ ਹੀ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ। ਔਰ ਇਸ ਇਲਾਕੇ ਦੀ ਵੱਸੋਂ, ਇੱਥੋਂ ਦੀ ਰਹਿਤਲ, ਇੱਥੋਂ ਦੀਆਂ ਰਸਮਾਂ ਰੀਤਾਂ, ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਸੀਂ, ਉਹਨਾਂ 'ਤੇ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ। ਵੇਲੇ ਦੀ ਜਿਹੜੀ ਖਿੜਕੀ ਸੀ, ਉਹਦੇ ਰਾਹੀਂ ਅਸੀਂ ਅੱਜ ਤੋਂ 70-80 ਸਾਲ ਪਿੱਛੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ। ਅਤੇ ਸਾਨੂੰ ਉਮੀਦ ਹੈ ਕਿ ਸਾਡੀ ਅੱਜ ਦੀ ਇਹ ਮਹਿਫਲ ਤੁਹਾਨੂੰ ਚੰਗੀ ਲੱਗੀ ਹੋਏਗੀ। ਅਤੇ ਹੁਣ ਅਸੀਂ ਬਾਬੇ ਹਰਾਂ ਕੋਲੋਂ, ਬਾਜਵਾ ਸਾਹਿਬ ਕੋਲੋਂ ਇਜਾਜ਼ਤ ਲਾਂਗੇ, ਨਾਲ ਹੀ ਤੁਹਾਡੇ ਕੋਲੋਂ ਵੀ, ਕਿ ਰਹੀ ਹਯਾਤੀ ਫਿਰ ਮਿਲਾਂਗੇ, ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ, ਕੁਝ ਦੱਸਾਂਗੇ, ਦੁੱਖ ਸੁੱਖ ਸਾਰੇ ਸਾਂਝੇ ਆਪਣੇ, ਮਿਲ ਕੇ ਰੋਵਾਂ ਹੱਸਾਂਗੇ। ਖਿਆਮ 'ਚ ਆਉਣ ਨੂੰ ਦਿਓ ਇਜਾਜ਼ਤਾਂ, ਅਤੇ ਨਾਲ ਭੁੱਲਣਾ ਨਹੀਂ ਭਾਈ ਅਕਬਰ ਗੁੱਜਰ, ਜਿਹੜਾ ਇਹ ਪ੍ਰੋਗਰਾਮ ਸਾਡਾ ਅਰੇਂਜ ਕਰਦੇ ਆ, ਉਹਨਾਂ ਨੂੰ ਨਹੀਂ ਭੁੱਲਣਾ ਅਸੀਂ। ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤਾਂ ਸੋਹਣੇ ਰੱਬ ਦੇ ਹਵਾਲੇ। ਆਮੀਨ।